ਉਹਨੂੰ ਕੋਈ ਮਤਬਨਤ ਚੀਜ਼ ਬਣਾਉਣ ਨਾਲੋਂ ਸਾਨੂੰ ਚੀਜ਼ਾਂ ਨੂੰ ਖੋਲਣਾ ਚਾਹੀਦਾ। ਔਰ ਮੈਂ ਦਰਖਾਸਤ ਕਰਾਂਗਾ ਕਿ ਸਾਡੇ ਜਿਹੜੇ ਵੀ ਲੋਕ ਇੱਥੇ ਆਉਣ ਕੇ ਗੱਲਬਾਤ ਕਰਨਗੇ ਉਹਨਾਂ ਚੀਜ਼ਾਂ ਨੂੰ ਖੋਲ ਕੇ ਤੁਹਾਡੇ ਸਾਹਮਣੇ ਬਿਆਨ ਕਰਨਗੇ। ਔਰ ਇਹਦੇ ਵਾਸਤੇ ਸਾਡੇ ਕੋਲ ਇੱਥੇ ਨਵੇਂ ਨਵੇਂ ਡਾਕਟਰ ਸਾਹਿਬ ਹੋਏ ਅਤੇ ਨਵੇਂ ਨਵੇਂ ਡਾਕਟਰ ਜਿਹੜਾ ਹੋਵੇ ਉਹ ਕਹਿੰਦਾ ਕਿ ਤਜਰਬੇ ਨਵੇਂ ਨਵੇਂ ਕਰਨ ਦੀ ਕੋਸ਼ਿਸ਼ ਕਰਦਾ। ਮੇਰੀ ਮੁਰਾਦ ਹੈ ਜੀ ਡਾਕਟਰ ਸਈਦ ਭੱਟੂ ਸਾਹਿਬ ਨੂੰ ਇਹ ਤੁਹਾਨੂੰ ਦੱਸਣਗੇ ਆ ਕੇ ਪੰਜਾਬੀ ਦੇ ਬਾਰੇ ਅੱਜ ਦੇ ਸਵਾਲ ਦੇ ਬਾਰੇ ਕਿ ਇਹਦੇ ਵਾਸਤੇ ਅਸੀਂ ਕਿਉਂ ਬੈਠੇ ਆਏ ਔਰ ਪਹਿਲੇ ਅਸੀਂ ਕੀ ਕਰਦੇ ਰਹੇ ਹਾਂ। ਔਰ ਅਗਰ ਇਹ ਚੀਜ਼ਾਂ ਨਹੀਂ ਅੱਜ ਵੀ ਸਟੇਟ ਬਣਦੀ ਗੌਰਮੈਂਟ ਨਹੀਂ ਬਣਦੀ ਤਾਂ ਫਿਰ ਅਸੀਂ ਅੱਗੇ ਇਹਦੇ ਵਾਸਤੇ ਸਾਡਾ ਲਾਹੇ ਅਮਲ ਜਿਹੜਾ ਹੈ ਉਹ ਕੀ ਹੋਣਾ ਚਾਹੀਦਾ ਹੈ ਅਤੇ ਕੀ ਸਾਨੂੰ ਅੱਗੇ ਕਰਨਾ ਚਾਹੀਦਾ ਹੈ। ਕਿਆ ਇਹ ਜਿਸ ਤਰ੍ਹਾਂ ਅਸੀਂ ਅੱਗੇ ਰੋਡ 'ਤੇ ਨਿਕਲਦੇ ਹਾਂ ਇਸ ਤਰ੍ਹਾਂ ਅਸੀਂ ਇਸੇ ਤਰੀਕੇ ਨਾਲ ਸਾਨੂੰ ਰੋਡ 'ਤੇ ਨਿਕਲ ਕੇ ਆਪਣੀ ਗੱਲ ਬਣਵਾਉਣੀ ਚਾਹੀਦੀ ਹੈ 10 ਸਾਲ ਲੱਗ ਜਾਣ ਯਾਨੀ ਕਿ ਸਾਨੂੰ ਇਹਨੂੰ ਕੁਝ ਬਦਲਣ ਦੀ ਲੋੜ ਹੈ ਕੋਈ ਸੁਸਾਇਟੀ ਦੇ ਵਿੱਚ ਕੋਈ ਮਜ਼ੀਦ ਕਿਸੇ ਤਰੀਕੇ ਨਾਲ ਕੋਈ ਜਾਗ੍ਰਿਤੀ ਪੈਦਾ ਕਰਨ ਦੀ ਲੋੜ ਹੈ। ਜ਼ਹੀਰ ਵੱਡੂ ਸਾਹਿਬ ਜੀ ਸਾਰਿਆਂ ਤੋਂ ਪਹਿਲਾਂ ਤਾਂ ਮੇਰੇ ਜਿਹੜਾ ਰੇਨ ਚਾਹੁੰਦੀ ਹੈ ਨਾ ਕਿ ਜ਼ਬਾਨ ਕਿਸੇ ਵੀ ਥਾਂ ਜਾਂ ਕਿਸੇ ਬੰਦੇ ਦੇ ਲਈ ਲੋੜੀ ਦੀ ਕਿਉਂ ਹੁੰਦੀ ਹੈ। ਸਾਡੇ ਕੋਲ ਇੱਕ ਬੁਲੇਖਾ ਜਾਂ ਪਾਇਆ ਹੋਇਆ ਜਾਂ ਪਾਇਆ ਜਾਂਦਾ ਹੈ ਕਿ ਬੋਲੀ ਜਿਹੜੀ ਹੁੰਦਾ ਇੱਕੋ ਕੰਮ ਹੈ ਕਿ ਤੁਸੀਂ ਆਪ ਦੀ ਗੱਲ ਦੂਜੇ ਬੰਦੇ ਤੱਕ ਅਪਣਾਉਣੀ ਹੁੰਦੀ ਹੈ ਇਸ ਤੋਂ ਬਗੈਰ ਕੁਝ ਵੀ ਨਹੀਂ। ਮੈਂ ਸਮਝਦਾ ਬੋਲੀ ਇਸ ਤੋਂ ਵੱਧ ਹੈ। ਜ਼ਬਾਨ ਦੇ ਨਾਲ ਜੁੜੀਆਂ ਹੋਈਆਂ ਹਜ਼ਾਰਾਂ ਸ਼ਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਉਵੇਂ ਵੇਖ ਹੀ ਨਹੀਂ ਰਹੇ ਹੁੰਦੇ। ਸਾਡੀ ਸਕਾਫਤ ਹੈ, ਰਹਿਣ ਸਹਿਣ ਹੈ, ਸਾਡਾ ਹਜ਼ਾਰਾਂ ਸਾਲ ਦਾ ਇਲਮ ਹੈ ਜਿਹੜਾ ਇੱਕ ਓਰਲ ਹਿਸਟਰੀ ਦੇ ਜ਼ਰੀਏ ਆਮ ਹੈ, ਸੀਨਾ ਗਜ਼ਲ ਦੇ ਵਗੈਰੂ ਆ ਰਿਹਾ ਹੁੰਦਾ ਹੈ। ਸਾਡੀ ਲੋਕ ਕਹਾਣੀ ਹੈ, ਸਾਡੇ ਅਖਾਣ ਨੇ ਔਰ ਸਾਡੇ ਲੋਕ ਗੀਤ ਨੇ, ਉਹਨਾਂ ਦੇ ਵਿੱਚ ਇੱਕ ਵੱਡਾ ਸਰਮਾਇਆ ਮੌਜੂਦ ਹੈ। ਲੇਕਿਨ ਸਾਡਾ ਜਿਹੜਾ ਇਸ ਤੋਂ ਮਤਲਬ ਮੂੰਹ ਮੋੜਨ ਹੈ ਨਾ ਉਹਦੇ ਤੋਂ ਮੁਰਾਦ ਇਹ ਹੈ ਕਿ ਅਸੀਂ ਆਜ ਇੱਕ ਵੱਡੇ ਖਜ਼ਾਨੇ ਤੋਂ ਮੂੰਹ ਮੋੜ ਕੇ ਬੈਠੇ ਹੋਏ ਹਾਂ। ਮਤਲਬ ਮੈਂ ਇੱਕ ਮਿਸਾਲ ਤੁਹਾਡੇ ਸਾਹਮਣੇ ਰੱਖਣਾ ਕਿ ਕਿਸੇ ਵੀ ਬੰਦੇ ਦੇ ਸਿੱਖਣ ਵਾਸਤੇ ਇਲਮ ਹਾਸਲ ਕਰਨ ਵਾਸਤੇ ਕੁਝ 4 ਰਾਹ ਹੁੰਦੇ ਨੇ ਜਿਹਦੇ ਜ਼ਰੀਏ ਇਲਮ ਸਾਡੇ ਕੋਲ ਆਉਂਦਾ ਹੈ। ਸਭ ਤੋਂ ਪਹਿਲਾਂ ਹੁੰਦਾ ਸੁਣਨ ਦਾ ਹੁੰਦਾ ਔਰ ਬਾਲ ਉਦੋਂ ਦਾ ਸੁਣਨਾ ਸ਼ੁਰੂ ਕਰਦਾ ਜਦੋਂ ਉਹ ਮਾਂ ਦੇ ਪੇਟ ਵਿੱਚ ਹੁੰਦਾ। ਉਹਦੀ ਮਾਂ ਦੇ ਆਸੇ ਪਾਸੇ ਜਿੰਨੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਹਦੀ ਮੈਮਰੀ ਦਾ, ਉਹਦੀਆਂ ਯਾਦਾਂ ਚੇਤੇ ਦਾ ਹਿੱਸਾ ਬਣਦਾ। ਦੂਜਾ ਰਾਹ ਹੁੰਦਾ ਹੈ ਵੇਖਣ ਦਾ ਅਤੇ ਜਦੋਂ ਬਾਲ ਜਾਂਦਾ ਅਸੀਂ ਹਜ਼ਾਰਾਂ ਗੱਲਾਂ ਦੇ ਆਸੇ ਪਾਸੇ ਕਰਨੇ ਹਾਂ ਉਹ ਇੰਨੇ ਗੌਰ ਨਾਲ ਵੇਖਦਾ ਪਿਆ ਹੁੰਦਾ। ਇੱਕ ਇੱਕ ਲਫ਼ਜ਼ ਜਿਹੜਾ ਇੱਕ ਇੱਕ ਲਫ਼ਜ਼ ਦੀ ਫਿਕਰੇ ਦੀ ਬੁਨਕਰ ਜਿਹੜੀ ਹੈ ਉਹਦੇ ਦਿਮਾਗ 'ਤੇ ਪਹੁੰਚਦੀ ਪਈ ਹੁੰਦੀ ਹੈ। ਅੱਛਾ ਸਾਡੇ ਕੋਲ ਤੀਜਾ ਜਿਹੜਾ ਰਾਹ ਹੈ ਉਹ ਹੈ ਬੋਲਣ ਦਾ। ਬੋਲਣ ਵਿੱਚ ਆ ਕੇ ਬਾਲ ਸਾਡੇ ਤੋਂ ਕੋਈ ਇੱਕ ਸਵਾਲ ਕਰਦਾ ਅਸੀਂ ਇੱਕ ਹੀ ਦੱਸੀਏ ਨਾ ਕਿ ਇਹ ਆ ਪੀੜ੍ਹੀ ਹੈ ਔਰ ਉਸ ਪੀੜ੍ਹੀ ਦੇ ਨਾਲ ਹਜ਼ਾਰਾਂ ਲਫ਼ਜ਼ ਬੋਲਦਾ, ਹਜ਼ਾਰਾਂ ਫਿਕਰੇ ਬੋਲਦਾ ਬਣਾਉਂਦਾ, ਇਹ ਕਿੱਥੋਂ ਲੈਂਦਾ। ਅੱਜ ਤੱਕ ਕਿਸੇ ਪੰਜਾਬੀ ਬਾਲ ਨੇ ਆਪਦੇ ਮਾਂ ਪਿਓ ਜਾਂ ਆਸੇ ਪਾਸੇ ਕਿਸੇ ਕੋਲ ਗ੍ਰੈਮਰ ਠੀਕ ਕਰਾਈ ਹੋਵੇ, ਕਿਸੇ ਨੂੰ ਇੰਨਾ ਪਤਾ ਹੋਵੇ ਕਿ ਮੈਂ ਇਹ ਜਿਹੜਾ ਮੇਰਾ ਪੁੱਤਰ ਲਫ਼ਜ਼ ਬੋਲਦਾ ਪਿਆ ਕਿ ਇਵੇਂ ਨਹੀਂ ਅਸੀਂ ਬੋਲਣਾ। ਮੈਂ ਤੁਹਾਡੇ ਸਾਹਮਣੇ ਚਲੋ ਤੁਸੀਂ ਸਾਰੇ ਪੜ੍ਹੇ ਲਿਖੇ ਲਓ ਹੋ, ਅਸੀਂ ਮੈਨੂੰ ਤਾਂ 20 ਸਾਲ ਹੋ ਗਏ ਨੇ, ਮੇਰੇ ਤਾਂ ਟੈਂਸ਼ਨ ਠੀਕ ਨਹੀਂ ਹੋਏ। ਉਹ ਮਾਸਟਰ ਦੇ ਇੱਕ ਡੰਡਿਆਂ ਤੋਂ ਲੈ ਕੇ ਅੱਜ ਤੱਕ PhD ਕਵਰ ਕਰਨ ਤੱਕ ਉਹ ਅੰਗਰੇਜ਼ੀ ਜਾਂ ਉਰਦੂ ਦੀ ਗ੍ਰੈਮਰ ਮੇਰੇ ਕੋਲੋਂ ਠੀਕ ਨਹੀਂ ਹੋਈ। ਚਲੋ ਮੈਂ ਪੜ੍ਹਦਾ ਨਾ ਹੋਵਾਂਗਾ, ਮੇਰੇ ਕੋਲ ਤਾਂ ਠੀਕ ਨਹੀਂ ਹੋਈ। ਮੇਰੇ ਆਸੇ ਪਾਸੇ ਬੋਲਣ ਵਾਲੇ ਉਹ ਹਜ਼ਾਰਾਂ ਲੋਕ ਜਿਹੜੇ ਉਰਦੂ ਬੋਲਦੇ ਪਏ ਹੁੰਦੇ ਨੇ, ਜਿਹੜੇ ਇੰਗਲਿਸ਼ ਬੋਲਦੇ ਪਏ ਹੁੰਦੇ ਨੇ, ਮੈਂ ਬੋਲ ਨਹੀਂ ਸਕਦਾ ਉਹਨਾਂ ਲਫ਼ਜ਼ਾਂ 'ਚੋਂ ਗਲਤੀ ਜ਼ਰੂਰ ਕੱਢ ਸਕਦਾ ਕਿ ਆ ਗ੍ਰੈਮਰ ਠੀਕ ਨਹੀਂ। ਲੇਕਿਨ ਅੱਜ ਤਾਈਂ ਕਿਸੇ 5 ਸਾਲ ਦਾ ਬਾਲ ਦੀ ਵੀ ਗ੍ਰੈਮਰ ਤੁਸੀਂ ਪੰਜਾਬੀ ਬੋਲਦੇ ਹੋਇਆ ਨਹੀਂ ਦੇਖਿਆ ਹੋਵੇਗਾ ਕਿ ਉਹ ਗਲਤ ਬੋਲਦਾ ਹੋਵੇ। ਆਖਰ ਇਲਮ ਕਿੱਥੋਂ ਪਹਿਲਾਂ ਆਉਂਦਾ? ਇਹ ਇਲਮ ਉਹ ਹਜ਼ਾਰਾਂ ਸਾਲ ਦੇ ਲਾਸ਼ੌਰ ਦੇ ਰਾਹੀਂ ਉਹ ਜੀਨ
ਹੈ ਜਿਹਨਾਂ ਨੂੰ ਅਸੀਂ ਡੱਕਾ ਲਾਉਣ ਦੀ ਹੁਣ ਕੋਸ਼ਿਸ਼ ਕਰ ਰਹੇ ਹਾਂ, ਪਰ ਸਾਡੇ ਕੋਲ ਜ਼ੁਲਮ ਉਸਲੇ ਹੁੰਦਾ ਜਿਸਲੇ ਅਸੀਂ ਉਹ ਚੌਥਾ ਜਿਹੜਾ ਸਾਡੇ ਕੋਲ ਰਾਹ ਹੈ ਨਾ, ਸਕੂਲ ਜਾਣ ਵਾਲਾ, ਪੜ੍ਹਨ ਔਰ ਲਿਖਣ ਵਾਲਾ, ਉੱਥੇ ਜਾ ਕੇ ਬੰਦ ਹੋ ਜਾਂਦਾ ਸਾਰਾ ਸਿਲਸਿਲਾ। ਯਾਰ ਉਹ ਮਾਂ ਜਿਹਦੇ ਸਾਹਮਣੇ ਬਾਲ ਪੰਜਾਬੀ ਦਾ ਇੱਕ ਲਫ਼ਜ਼ ਬੋਲਦਾ ਨਾ, ਉਹਨੂੰ ਸ਼ਰਮ ਆਉਂਦੀ ਹੈ ਕਿ ਮੇਰੀ ਰਿਸ਼ਤੇਦਾਰ, ਮੇਰੇ ਆਸੇ ਪਾਸੇ ਵਾਲੀ, ਮੇਰੇ ਕੋਈ ਹਮਸਾਏ ਜਿਹੜੇ ਹੈਗੇ ਨੇ, ਉਹਨਾਂ ਦੇ ਸਾਹਮਣੇ ਮੇਰਾ ਨੱਕ ਨੀਵਾਂ ਪਿਆ ਹੁੰਦਾ। ਉਹਨੂੰ ਸਮਝਾਉਣ ਦੀ ਲੋੜ ਹੈ ਕਿ ਨੱਕ ਨੀਵਾਂ ਬੋਲੀਆਂ ਦੇ ਨਾਲ ਨਹੀਂ ਹੁੰਦਾ, ਬਾਲਾਂ ਦੇ ਸਮਰਨ ਔਰ ਨਾ ਸਮਰਨ ਦੇ ਨਾਲ ਹੁੰਦਾ। ਹੁਣ ਸਮਰਨ ਕਿਵੇਂ, ਜਿਵੇਂ ਤੁਸੀਂ ਇੱਕ ਲੱਖਾਂ ਹਜ਼ਾਰਾਂ ਸਾਲ ਦੇ ਇੱਕ ਰਾਹ ਬੰਦ ਕਰ ਦਿੰਦੇ ਹੋ, ਉਹਨੂੰ ਨਵੇਂ ਰੱਟੇ ਲਾ ਲਾ ਕੇ ਰੋਬੋਟ ਬਣਾ ਕੇ ਵੇਚਦੇ ਹੋ, ਔਰ ਕਿਸੇ ਬੰਦੇ ਨੂੰ ਇੰਨਾ ਨਹੀਂ ਪਤਾ ਹੁੰਦਾ, ਐਮ ਏ ਕਰਕੇ ਆਇਆ ਬੈਠਾ ਹੁੰਦਾ, ਉਹਨੂੰ ਜ਼ਿੰਦਗੀ ਦੇ ਬਾਰੇ ਜ਼ਰਾ ਸਮਝ ਨਹੀਂ ਹੁੰਦੀ। ਔਰ ਮੈਂ ਮੇਰਾ ਜ਼ਾਤੀ ਤਜਰਬਾ ਇੱਕ ਉਸਤਾਦ ਹੋਣ ਦੇ ਨਾਤੇ ਕਿ ਜਿਹੜਾ ਬੰਦਾ ਡਰਾਇੰਗ ਰੂਮ 'ਚ ਬਹਿ ਕੇ ਜਿਹਨੇ ਪੀ ਐੱਚ ਡੀ ਕੀਤੀ, ਉਹਦੇ 'ਚ 10 ਸਾਲ ਦਾ ਗਨੇਰੀਆਂ ਵਾਲ ਵੇਚਣ ਵਾਲਾ ਬਾਲ ਜ਼ਿੰਦਗੀ ਨੂੰ ਜ਼ਿਆਦਾ ਸਮਝਦਾ, ਕਿਉਂਕਿ ਉਹ ਗਲੀ 'ਚ ਸਿੱਖਦਾ। ਉਹਨੇ ਜ਼ਿੰਦਗੀ ਨੂੰ ਸਰਵਾਈਵ ਕਿਵੇਂ ਕਰਨਾ ਉਹਨੂੰ ਪਤਾ, ਉਹਨੇ ਜ਼ਿੰਦਗੀ ਨੂੰ ਰੋਜ਼ ਗੁਜ਼ਾਰਨਾ ਕਿਵੇਂ, ਉਹ ਬੋਲੀ ਕਿਵੇਂ ਉਹਨੂੰ ਦਿੰਦੀ ਪਈ ਹੈ, ਕਿਹੜੇ ਕਿਹੜੇ ਰਾਹ 'ਚ ਉਹਨੂੰ ਸ਼ਾਮ ਮਿਲਦੀਆਂ ਪਈਆਂ ਨੇ, ਅਸੀਂ ਤਾਂ ਸਾਰੀਆਂ ਥਾਵਾਂ ਬੰਦ ਕਰਦੇ ਬੈਠੇ ਹਾਂ। ਔਰ ਫਿਰ ਉਸ ਤੋਂ ਵੀ ਦੁੱਖ ਦੀ ਗੱਲ ਹੈ ਕਿ ਸਾਡੇ ਵਜ਼ੀਰ ਆਲਾ ਸਾਹਿਬ ਰੋਜ਼ ਨਾਰਾ ਮਾਰਦੇ ਨੇ ਕਿ ਮੈਨੂੰ ਪੜ੍ਹਿਆ ਲਿਖਿਆ ਪੰਜਾਬ ਚਾਹੀਦਾ, ਕਿਹੜਾ ਪੜ੍ਹਿਆ ਲਿਖਿਆ ਪੰਜਾਬ ਇਹਨਾਂ ਨੂੰ ਚਾਹੀਦਾ, ਐਸਾ ਪੜ੍ਹਿਆ ਲਿਖਿਆ ਪੰਜਾਬ ਚਾਹੀਦਾ ਜਿਹੜਾ ਬੋਲ ਨਾ ਸਕਦਾ ਹੋਵੇ, ਜਿਹੜਾ ਹਜ਼ਾਰਾਂ ਕਿਤਾਬਾਂ ਪੜ੍ਹ ਕੇ ਰੱਟੇ ਲਾ ਕੇ ਮਿਹਨਤ ਕਰਦਾ ਪਿਆ ਹੋਵੇ, ਜਿਹਨੂੰ ਜ਼ਿੰਦਗੀ ਦਾ ਪਤਾ ਨਹੀਂ, ਜਿਹਨੂੰ ਲਫ਼ਜ਼ਾਂ ਦਾ ਪਤਾ ਨਹੀਂ, ਜਿਹਨੂੰ ਰਵਾਇਆਂ ਦਾ ਪਤਾ ਨਹੀਂ ਹੈਗਾ, ਜਿਹਨੂੰ ਇਹ ਨਹੀਂ ਪਤਾ ਕਿ ਮੇਰੇ ਪੁਰਖਾਂ ਨੇ ਜ਼ਿੰਦਗੀ ਜੀਣੀ ਕਿਵੇਂ, ਮਿੱਟੀ ਦਾ ਅਸਰ ਜਿਹਦਾ ਪਿੱਛੇ ਨਹੀਂ ਹੈਗਾ, ਜਿਹਨੂੰ ਮਿੱਟੀ ਤਾਕਤ ਹੀ ਨਹੀਂ ਦਿੰਦੀ ਹੈਗੀ, ਉਹ ਪੜ੍ਹਿਆ ਲਿਖਿਆ ਪੰਜਾਬ ਮੰਗਦੇ ਨੇ, ਆਹਦਾ ਰਾਹ ਬੰਦ ਕਰਕੇ ਪੜ੍ਹਿਆ ਲਿਖਿਆ ਪੰਜਾਬ ਮੰਗਦੇ ਨੇ। ਕਿ ਅਗਰ ਇਲਮ ਸਿਰਫ ਕਿਤਾਬ 'ਚ ਹੁੰਦਾ ਤਾਂ ਮੈਂ ਸਮਝਦਾ ਅਕਸਰ ਤੋਂ ਜ਼ਿਆਦਾ ਪੜ੍ਹੇ ਲਿਖੇ ਬੰਦੇ ਪਬਲਿਸ਼ਰ ਹੁੰਦੇ। ਮੈਂ ਮਾਜ਼ਰਤ ਨਾਲ ਕਹਿੰਦਾ, ਇਲਮ ਸਿਰਫ ਕਿਤਾਬ 'ਚ ਹੁੰਦਾ ਤਾਂ ਜਿਹੜੇ ਹਜ਼ਾਰਾਂ ਪਿੱਛੇ ਪਿੰਡਾਂ 'ਚ ਬਹਿ ਕੇ, ਸ਼ਹਿਰਾਂ 'ਚ ਬਹਿ ਕੇ, ਜਿਹਨਾਂ ਸਕੂਲ ਤੱਕ ਨਹੀਂ ਗਏ ਹੋਏ, ਲੇਕਿਨ ਉਹ ਬਾਰਾਂ ਦੀਆਂ ਜ਼ਿੰਦਗੀਆਂ ਉਹਨਾਂ ਬਜ਼ੁਰਗਾਂ ਦੀਆਂ ਵੇਖੋ, ਉਹਨਾਂ ਜ਼ਿੰਦਗੀਆਂ ਕਿੰਨੀਆਂ ਸੋਹਣੀਆਂ ਬਣਾਈਆਂ ਨੇ, ਕਿਹੜੀਆਂ ਤਰਤੀਬ ਦੇ ਨਾਲ ਗੁਜ਼ਾਰੀਆਂ ਹੋਈਆਂ ਨੇ, ਉਹਨਾਂ ਦੀਆਂ ਜ਼ਿੰਦਗੀਆਂ ਸਾਡੀਆਂ ਜ਼ਿੰਦਗੀਆਂ ਇੱਕ ਬਰਾਬਰ ਨੇ। ਅਸੀਂ ਰੋਜ਼ ਰੋਣੇ ਰੋ ਰਹੇ ਹਾਂ ਕਿ ਅਸੀਂ ਸਾਇੰਸ ਨਾਲ ਇੰਨੀਆਂ ਤਰੱਕੀਆਂ ਕਰ ਗਏ, ਅਸੀਂ ਅੱਜ ਇੱਥੇ ਖੜ੍ਹੇ ਹਾਂ, ਅੱਜ ਅਸੀਂ ਚੰਨ 'ਤੇ ਪਹੁੰਚ ਗਏ, ਅੱਜ ਅਸੀਂ ਕਿੱਥੇ ਪਹੁੰਚ ਗਏ, ਪਰ ਅਕਲ ਦੇ ਉਹਨੇ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਬੰਦਾ ਸਾਇੰਸ ਦੇ ਨਾਲ ਤਰੱਕੀਆਂ ਕਰਦਾ ਹੋਇਆ ਅੰਦਰੋਂ ਟੁੱਟਦਾ ਹੈ ਤਾਂ ਅੰਦਰੋਂ ਉਹਨੂੰ ਸੰਭਾਲਦਾ ਕੌਣ ਹੈ, ਜੇ ਉਹਨੂੰ ਲਿਟਰੇਚਰ ਸੰਭਾਲਦਾ ਔਰ ਲਿਟਰੇਚਰ ਦੀ ਆਦਿ ਬੋਲੀ 'ਚ ਹੋਵੇ ਤਾਂ ਬੰਦਾ ਸਮਝਦਾ ਹੈ। ਇਹ ਕਦੇ ਮੁਮਕਿਨ ਨਹੀਂ ਹੁੰਦਾ ਕਿ ਬੰਦਾ ਦੂਜੇ ਦੀ ਬੋਲੀ ਦੇ ਵਿੱਚ ਆ ਕੇ ਲਿਟਰੇਚਰ ਨੂੰ ਉਸ ਜ਼ਮੀਨ ਜਾਂ ਉਸ ਧਰਤੀ ਦੀ ਉਸ ਤਾਕਤ ਦੇ ਨਾਲ ਸਮਝ ਸਕੇ। ਅਸੀਂ ਸਾਡੇ ਪਿਛਲੇ ਜਦੋਂ ਦਾ ਇਹ ਪਾਕਿਸਤਾਨ ਬਣਿਆ ਉਦੋਂ ਦੇ ਸਾਡੇ ਬਜ਼ੁਰਗ ਇਸੇ ਕੰਮ ਨੂੰ ਲੱਗੇ ਹੋਏ ਨੇ ਕਿ ਅਸੀਂ ਪੰਜਾਬੀ ਨੂੰ ਪ੍ਰਾਇਮਰੀ ਸਤਾ ਤੋਂ ਲੈ ਕੇ ਲਵਾਉਣਾ ਤਾਂ ਕਿ ਸਾਡੇ ਆਉਣ ਵਾਲੀਆਂ ਨਸਲਾਂ ਹਰ ਕਿਸੇ ਨਾ ਕਿਸੇ ਥਾਂ 'ਤੇ ਪਹੁੰਚ ਸਕਣ, ਉਸ ਵਿਜ਼ਡਮ ਤੋਂ ਉਸ ਇਲਮ ਤੋਂ ਉਵੇਂ ਉਪਕਾਰਾ ਰਹਿਣ ਜਿਵੇਂ ਕਿ ਅਸੀਂ ਰਹਿੰਦੇ ਆਏ। ਅਤੇ ਮੈਂ ਸਮਝਦਾ ਅਸੀਂ ਤਾਂ ਖੁਸ਼ਕਿਸਮਤ ਹੈ, ਅਸੀਂ ਉਹਨਾਂ ਉਸਤਾਦਾਂ ਦੇ ਉੱਤੇ ਆਏ ਜਿਹਨਾਂ ਸਾਡੇ ਮੁੱਖ ਮੋੜ ਕੇ ਸੱਚ ਵਾਲੇ ਕਰ ਦਿੱਤੇ, ਔਰ ਅੱਜ ਉਸ ਸੱਚ ਨੂੰ ਲੈ ਕੇ ਅਸੀਂ ਤੁਰੇ ਹਾਂ, ਲੇਕਿਨ ਅਸੀਂ ਵੀ ਉਹ ਪੁੱਲ ਦੀ ਤਰ੍ਹਾਂ ਜਿਹੜਾ ਪਿਛਲੇ ਮਾਜ਼ੀ ਨੂੰ ਔਰ ਅੱਜ ਨੂੰ ਮਿਲਾਉਣ ਲਈ ਕੋਸ਼ਿਸ਼ ਕਰਦੇ ਪਏ, ਔਰ ਅਸੀਂ ਆਰੀਆਂ ਜ਼ਿੰਦਗੀਆਂ ਲਾਵਾਂਗੇ ਇਸ ਕੰਮ ਦੇ ਉੱਤੇ ਜਿਹਨੇ ਸਾਡੇ ਪੁਰਖਾਂ ਨੇ ਲਾਈਆਂ ਨੇ, ਔਰ ਇਹ ਬੋਖੜ ਦਾਲ ਹੈ, ਇਹ ਰੇੜੀਆਂ ਨੇ, ਜਲੂਸ ਨੇ, ਲੇਕਿਨ ਅਗਰ ਗੱਲ ਇੱਥੇ ਨਾ ਬਣੀ ਅਸੀਂ ਅਸੈਂਬਲੀ ਤੱਕ ਚੱਲਾਂਗੇ, ਅਸੀਂ ਇਸ ਤੋਂ ਅੱਗੇ ਹਰ ਤਰ੍ਹਾਂ ਦਾ ਬਹਿ ਕੇ ਫੈਸਲਾ ਕਰਾਂਗੇ, ਔਰ ਅਸੀਂ ਅੱਜ ਰੱਤ ਇੱਕ ਇੱਕ ਸਾਹ ਜਿਹੜਾ ਉਹ ਪੰਜਾਬੀ ਜ਼ਬਾਨ ਲੈ ਲਾਵਾਂਗੇ। ਬਹੁਤ ਸ਼ੁਕਰੀਆ।
ਬਹੁਤ ਸ਼ੁਕਰੀਆ ਡਾਕਟਰ ਜ਼ਹੀਰ ਵੱਟੂ ਸਾਹਿਬ, ਬੜੀਆਂ ਡੂੰਘੀਆਂ ਗੱਲਾਂ ਨੂੰ ਤੁਸੀਂ ਖੋਲ੍ਹ ਕੇ ਬਿਆਨ ਕੀਤਾ। ਬੁਨਿਆਦੀ ਤੌਰ 'ਤੇ ਲੋੜ ਇਸੇ ਗੱਲ ਦੀ ਹੈ, ਮਰਨਾ ਇਸੇ ਗੱਲ ਦਾ ਹੈ ਕਿ ਪੰਜਾਬ ਦੀ ਮਿੱਟੀ ਨੂੰ, ਪੰਜਾਬ ਦੇ ਲੋਕਾਂ ਨੂੰ ਅਦਬੀ, ਸਕਾਫਤੀ, ਤਾਲੀਮੀ, ਆਇਨੀ ਔਰ ਸਾਇੰਸੀ ਲਿਹਾਜ਼ ਨਾਲ ਬਾਂਝ ਕੀਤਾ ਜਾ ਰਹੀ ਹੈ ਔਰ ਦਿਨ ਬ ਦਿਨ ਇਹ ਧਰਤੀ ਬਾਂਝ ਹੋ ਰਹੀ ਹੈ। ਇਹਨੂੰ ਤੁਸੀਂ ਮਹਿਸੂਸ ਨਹੀਂ ਕਰਦੇ ਅਤੇ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਰੱਬ ਨੇ ਤੁਹਾਨੂੰ ਅੱਖ ਅਤੇ ਦਿਮਾਗ ਦਿੱਤਾ ਹੈ ਉਹ ਕਿਸੇ ਕੰਮ ਦਾ ਨਹੀਂ ਹੈ। ਆਪਣੇ ਆਸੇ ਪਾਸੇ ਦੇਖੋ ਕਿ ਤੁਹਾਡਾ ਬੱਚਾ, ਤੁਹਾਡੇ ਨਾਲ ਦਾ ਜਿਹੜਾ ਆਸੇ ਪਾਸੇ ਤੁਹਾਡੇ ਕੋਲ ਵਸਦੇ ਨੇ, ਉਹਨਾਂ ਦਾ ਮੈਂਟਲ ਲੈਵਲ ਹੈ ਕੀ? ਉਹਨਾਂ ਦੀ ਸੋਚਾਂ ਦਾ ਜਿਹੜੇ ਜ਼ਾਵੀਏ ਨੇ ਉਹ ਕਿਹੜੇ ਨੇ? ਇਹ ਸੋਚਾਂ ਦੇ ਜ਼ਾਵੀਏ ਕਿਉਂ ਬਣੇ ਨੇ? ਇਹਨਾਂ ਸੋਚਾਂ ਦੇ ਜ਼ਾਵੀਏ ਨੂੰ ਬਦਲਣ ਦੀ ਲੋੜ ਹੈ ਤਾਂ ਫਿਰ ਸਾਨੂੰ ਚੀਜ਼ਾਂ ਲੱਭਣੀਆਂ ਪੈਣਗੀਆਂ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਬਦਲੀਆਂ, ਇਹ ਜ਼ਾਵੀਏ ਬਦਲੇ ਜਾਣਗੇ। ਸਾਡੇ ਨਾਲ ਜ਼ੁਬੈਰ ਸਾਹਿਬ ਅੰਗਰੇਜ਼ੀ ਦੇ ਉਸਤਾਦ ਨੇ ਔਰ ਮੇਰੇ ਖਿਆਲ ਇਸਲਾਮੀਆ ਕਾਲਜ ਦੇ ਵਿੱਚ ਪੜ੍ਹਾਉਂਦੇ ਨੇ ਔਰ ਪੰਜਾਬੀ ਦੇ ਨਾਲ ਇੱਕ ਲੰਬੀ ਉਹਨਾਂ ਦੀ ਜੁੜਤ ਹੈ। ਸ਼ਾਰਟ ਸਟੋਰੀ ਰਾਈਟਰ ਹਨ, ਉਸ ਤੋਂ ਇਲਾਵਾ ਨਾਵਲ ਵੀ ਉਹਦੇ ਵਿੱਚ ਲਿਖਦੇ ਹਨ ਔਰ ਇਹਨਾਂ ਦੇ ਨਾਲ ਪੰਜਾਬੀ ਲਹਿਰ ਦੇ ਨਾਲ ਇਹਨਾਂ ਦਾ ਬੜਾ ਲੰਬਾ ਸਾਥ ਹੈ। ਅਸੀਂ ਚਾਹਾਂਗੇ ਕਿ ਇਸੇ ਹੀ ਸਿਲਸਿਲੇ ਦੇ ਵਿੱਚ ਇਹ ਤੁਹਾਡੇ ਨਾਲ ਗੱਲਬਾਤ ਕਰਨ, ਜਿਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਕੋਈ ਨਵੀਆਂ ਸਾਹਮਣੇ। ਤੁਸੀਂ ਬੜਾ ਆਰ ਕੀਤਾ ਹੈ ਔਰ ਬੜਾ ਉਦਮ ਕਰਕੇ ਤੁਸੀਂ ਇਹ ਸਾਰਾ ਪਿੰਡ ਸਜਾਇਆ, ਮੁਬਾਰਕਬਾਦ ਅਸੀਂ ਦਿੰਦੇ ਹਾਂ ਕਿਉਂਕਿ ਪੰਜਾਬੀ ਜਿਹੜੀ ਮੰਗ ਹੈ ਸਾਡੀ ਉਹ ਇੰਝੀ ਆ ਮਿਲਣੀ ਹੈ। ਮੈਨੂੰ ਲੱਗਦਾ ਸਾਡੀ ਅਕਸਰ ਕਿਤਾਬਾਂ ਲਿਖਣ ਨਾਲ ਨਹੀਂ ਮਿਲਦੀ, ਜਿਹੜੀ ਪੰਜਾਬੀ ਦੀ ਕਹਾਣੀ ਹੈ ਸਾਡੀ, ਪੰਜਾਬੀ ਤੋਂ ਵਿਛੜਨ ਦੀ ਬੜੀ ਪੁਰਾਣੀ। ਤਕਰੀਬਨ ਮੇਰੇ ਹੁਣੇ 200 ਸਾਲ ਹੋ ਗਏ ਨੇ ਪੰਜਾਬੀ, ਖਾਸ ਤੌਰ 'ਤੇ ਪੰਜਾਬੀ ਮੁਸਲਮਾਨਾਂ ਦਾ ਜਿਹੜਾ ਆਪਣੀ ਬੋਲੀ ਦੇ ਨਾਲ ਸਹਿਯੋਗ ਹੈ। 1800 ਨੇ ਪੰਜਾਬ ਉੱਤੇ ਕਬਜ਼ਾ ਕੀਤਾ ਔਰ ਉਰਦੂ ਜਿਹੜੀ ਹੈ ਉਹ ਨਾਵਲ ਕੀਤੀ, ਅੰਗਰੇਜ਼ੀ ਨਾਵਲ। ਉਸ ਤੋਂ ਪਹਿਲੇ 800 ਸਾਲ ਤੋਂ ਇੱਥੇ ਪੰਜਾਬੀ ਚੱਲ ਰਹੀ, ਬੇਸ਼ੱਕ ਦਰਬਾਰ ਦੀ ਬੋਲੀ ਪੰਜਾਬੀ ਨਹੀਂ ਸੀ, ਫਾਰਸੀ ਸੀ ਜਾਂ ਉਰਦੂ ਸੀ, ਲੇਕਿਨ ਪੰਜਾਬੀ ਦਾ ਬੜਾ ਜ਼ੋਰ ਸੀ। ਸਭ ਤੋਂ ਵੱਡਾ ਸਬੂਤ ਸਾਡੇ ਕੋਲ ਪੰਜਾਬੀ ਅਦਬ ਹੈ ਜਿਹੜਾ ਉਸ ਵੇਲੇ ਪੈਦਾ ਹੋਇਆ। ਬਾਬਾ ਫਰੀਦ, ਬਾਬਾ ਨਾਨਕ, ਦਬੂਦਰ, ਸ਼ਾਹ ਹੁਸੈਨ, ਬੁੱਲੇ ਸ਼ਾਹ, ਵਾਰਿਸ ਸ਼ਾਹ, ਮੀਆਂ ਮੁਹੰਮਦ ਔਰ ਖਾਜਾ ਫਰੀਦ ਤੱਕ ਆਉਂਦੇ ਅਤੇ ਸਾਰੇ ਸ਼ਾਇਰਾਂ ਦੀ ਇੱਕ ਲੜੀ ਹੈ। ਇਸੇ ਹੀ ਬਾਹਰੋਂ ਪੈਦਾ ਹੋਏ ਕਿ ਪੰਜਾਬੀ ਇੱਥੇ ਹੈ ਸੀ, ਲਿਖੀ ਜਾਂਦੀ ਸੀ, ਪੜ੍ਹੀ ਜਾਂਦੀ ਸੀ, ਵਰਤੋਂ ਹੁੰਦੀ ਔਰ ਕਿਉਂਕਿ ਸਰਕਲ ਵਰਕਲ ਜਿਹੜਾ ਬੜਾ ਮਹਿਦੂਦ ਸੀ, ਇਸ ਲਈ ਪੰਜਾਬੀ ਬੋਲੀ ਨੂੰ ਕੋਈ ਕੁਛ ਨਹੀਂ ਕਹਿੰਦਾ, ਫਾਰਸੀ ਸਿਰਫ ਦਰਬਾਰ ਦਾ। ਅੰਗਰੇਜ਼ਾਂ ਨੇ ਆ ਕੇ ਇੱਥੇ ਪੂਰਾ ਜਿਹੜਾ ਸਾਡਾ ਪੰਜਾਬ ਹੈ ਟੋਟਲ ਬਦਲ ਦਿੱਤਾ। ਇੱਕ ਤਾਂ ਉਹ ਕਚਹਿਰੀ ਦਫ਼ਤਰ ਲੈ ਕੇ ਆਇਆ, ਦੂਜਾ ਪਬਲਿਕ ਸਕੂਲ ਲੈ ਕੇ ਆਇਆ, ਉਹਨੇ ਯੂਨੀਵਰਸਿਟੀਆਂ ਇੱਥੇ ਬਣਾਈਆਂ, ਬੜਾ ਚੰਗਾ ਕੰਮ ਕੀਤਾ। ਲੇਕਿਨ ਸ਼ਰਤ ਇਹ ਲਾ ਦਿੱਤੀ ਕਿ ਜਿਹੜਾ ਸਕੂਲਾਂ ਵਿੱਚ ਯੂਨੀਵਰਸਿਟੀਆਂ ਜਿਹੜੀ ਬੋਲੀ ਪੜ੍ਹਾਈ ਜਾਂਦੀ ਹੈ, ਜੇ ਤੁਸੀਂ ਉਹ ਪੜ੍ਹੋਗੇ ਤਾਂ ਫਿਰ ਨੌਕਰੀ ਮਿਲੇਗੀ। ਔਰ ਉਹਨਾਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੰਜਾਬੀ ਨਹੀਂ ਸੀ, ਉਰਦੂ ਸੀ, ਅੰਗਰੇਜ਼ੀ ਸੀ।
ਅਸੀਂ ਉਰਦੂਆਂ ਸਿੱਖੀਆਂ, ਅੰਗਰੇਜ਼ੀਆਂ ਸਿੱਖੀਆਂ, ਔਰ ਇੱਕ ਵਕਤ ਆਇਆ ਕਿ ਇੱਥੇ ਪੰਜਾਬ ਦੇ ਅੰਦਰ ਅਸੀਂ ਉਰਦੂ ਦੇ ਰਾਈਟਰ ਵੀ ਪੈਦਾ ਕਰ ਲਏ। ਅਲਾਮਾ ਇਕਬਾਲ ਸਾਹਿਬ ਵੀ ਆ ਗਏ ਹੈ, ਕਿਉਂਕਿ ਉਰਦੂ ਦੇ ਬਾਹਰੋਂ ਇੱਕ ਪੂਰਾ ਤਬਕਾ ਪੈਦਾ ਹੋ ਚੁੱਕਿਆ ਸੀ ਜਿਹੜਾ ਉਰਦੂ ਪੜ੍ਹ ਸਕਦਾ ਸੀ, ਲਿਖ ਸਕਦਾ ਸੀ। ਜਿਵੇਂ ਹੁਣ ਅੱਜ ਇੱਥੇ ਹੋ ਰਿਹਾ ਹੈ ਕਿ ਅੰਗਰੇਜ਼ੀ ਇੰਨੀ ਜ਼ਿਆਦਾ ਆਈ ਹੈ ਕਿ ਹੁਣ ਲੋਕ ਅੰਗਰੇਜ਼ੀ 'ਚ ਨਾਵਲ ਲਏ ਜਾ ਰਹੇ, ਪਾਕਿਸਤਾਨੀ ਜਿਹੜੇ ਨੇ ਉਹ ਨਾਵਲ ਲੈ ਰਹੇ ਨੇ ਪੰਜਾਬੀ ਅੰਗਰੇਜ਼ੀ ਦੇ ਵਿੱਚ, ਕਿਉਂਕਿ ਇੰਨੇ ਜ਼ਿਆਦਾ ਇੰਗਲਿਸ਼ ਬੱਚਿਆਂ ਨੂੰ ਇੰਨੀ ਜ਼ਿਆਦਾ ਅੰਗਰੇਜ਼ੀ ਆਉਂਦੀ ਹੈ, ਇੱਕ ਲੀਡਰਸ਼ਿਪ ਮੌਜੂਦ ਹੈ ਅੰਗਰੇਜ਼ੀ ਅਤੇ ਅੰਗਰੇਜ਼ੀ ਦਾ ਅਦਬ ਵੀ ਪੈਦਾ ਹੋਣਾ ਸ਼ੁਰੂ ਹੋ ਗਿਆ। ਜ਼ਿਆਦਾ ਇਹ ਜਿਹੜਾ ਪਾੜ ਅੰਗਰੇਜ਼ ਨੇ ਪਾਇਆ ਅਸੀਂ ਅੱਜ ਤੱਕ ਉਹਨੂੰ ਢਾ ਨਹੀਂ ਸਕਦੇ। 70 ਸਾਲ ਹੋ ਗਏ ਨੇ ਇਹੀ ਇੰਪੀਰੀਅਲਿਸਟ ਪੋਲਿਸੀ ਜਿਹੜੀ ਹੈ ਉਹ ਚਾਲੂ ਹੈ, ਜਿਹੜੀ ਅੰਗਰੇਜ਼ਾਂ ਨੇ ਇੱਥੇ ਲਾਈ ਉਹਨੂੰ ਅਸੀਂ ਕੋਈ ਬਦਲ ਨਹੀਂ ਸਕਦੇ। ਔਰ ਅਸੀਂ ਆਪਣੀ ਜ਼ੁਬਾਨ ਨੂੰ ਜਿਹੜਾ ਉਹਦੀ ਕਦਰ ਐਸੇ ਵੀ ਨਹੀਂ ਪੈਦਾ ਹੋ ਸਕੀ, ਕਿਉਂਕਿ ਜਿਹੜਾ ਸਟੇਟ ਸਟਰਕਚਰ ਹੈ, ਜਿਹੜਾ ਰਿਆਸਤ ਦਾ ਢਾਂਚਾ ਹੈ, ਉਹਦੇ ਵਿੱਚ ਪੰਜਾਬੀ ਦੀ ਕੋਈ ਥਾਂ ਨਹੀਂ, ਨਾ ਮੀਡੀਆ 'ਚ ਕੋਈ ਥਾਂ ਹੈ, ਨਾ ਤਾਲੀਮ ਵਿੱਚ, ਨਾ ਦਫ਼ਤਰ 'ਚ, ਨਾ ਲਿਖਾਈ ਪੜ੍ਹਾਈ 'ਚ ਕੋਈ ਪੰਜਾਬੀ ਦੀ ਥਾਂ ਕੋਈ ਨਹੀਂ। ਅਤੇ ਜਦ ਤੱਕ ਸਾਰਾ ਕੁਝ ਨਹੀਂ ਹੁੰਦਾ ਉਹ ਸਾਰੀਆਂ ਚੀਜ਼ਾਂ ਸਾਨੂੰ ਨਹੀਂ ਮਿਲ ਸਕਦੀਆਂ। ਦੂਸਰਾ ਜਿਹੜਾ ਪੁਆੜਾ ਹੈਗਾ ਉਹ ਹੈਗਾ ਨੇਸ਼ਨ ਸਟੇਟ ਦਾ। ਇਹ ਜਿਹੜੀ ਰਿਆਸਤ ਬਣੀ ਹੈ ਪਾਕਿਸਤਾਨ, ਹਿੰਦੁਸਤਾਨ, ਇਹ 100-200 ਸਾਲ ਦੀ ਖੇਡ ਹੈ ਸਾਨੂੰ। ਅਤੇ ਇੱਕ ਰਿਆਸਤ ਹੁੰਦੀ ਹੈ, ਇੱਕ ਉਹਦਾ ਕੌਮੀ ਪੱਛਮ ਹੁੰਦਾ ਹੈ, ਉਹਦੀ ਇੱਕ ਹੀ ਬੋਲੀ ਹੁੰਦੀ ਹੈ, ਇੱਕ ਹੀ ਉਹਦਾ ਮਜ਼ਹਬ ਵੀ ਹੁੰਦਾ। ਅਸੀਂ ਇਹ ਕਦੀ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਰਿਆਸਤ ਹੈ ਇਹਦੇ ਅੰਦਰ ਇੱਕ ਬੋਲੀ ਨਹੀਂ ਹੈ, ਹਜ਼ਾਰਾਂ ਸਾਲਾਂ ਤੋਂ ਕਈ ਬੋਲੀਆਂ ਨੇ। ਇਹ ਮਲਟੀਕਲਚਰਲ ਹੈ, ਇਹ ਫੈਡਰੇਸ਼ਨ ਹੈ। ਅਸੀਂ ਸਾਰੀਆਂ ਬੋਲੀਆਂ ਨੂੰ ਮੰਨਾਂਗੇ ਅਤੇ ਰਿਆਸਤ ਸਾਡੀ ਮਜ਼ਬੂਤ ਹੋਏਗੀ, ਕਮਜ਼ੋਰ ਨਹੀਂ ਹੋਏਗੀ। ਪਹਿਲਾਂ ਪੰਜਾਬੀ ਨੂੰ ਅੱਜ ਜਾਂ ਕੱਲ੍ਹ ਸਾਨੂੰ ਥਾਂ ਦੇਣੀ ਪਈ। ਲੇਕਿਨ ਸਭ ਤੋਂ ਵੱਡਾ ਜਿਹੜਾ ਜ਼ੁਲਮ ਹੋ ਰਿਹਾ ਉਹ ਸਾਡੇ ਬਾਲਾਂ ਨਾਲ ਹੋ ਰਿਹਾ ਫੌਰੀ ਤੌਰ 'ਤੇ, ਕਿ ਹਜ਼ਾਰਾਂ ਲੱਖਾਂ ਬਾਲ ਜਿਹੜੇ ਨੇ, ਕਰੋੜਾਂ ਬਾਲ ਜਿਹੜੇ ਨੇ, ਉਹ ਆਪਣੀ ਬੋਲੀ ਤੋਂ ਨਹੀਂ ਦਿੱਤੀ ਜਾ ਰਹੀ ਕਰੀ। ਉਹ ਆਉਂਦੇ ਨੇ ਦੂਜੀ ਤੀਜੀ ਪੜ੍ਹਦੇ ਨੇ, ਪੜ੍ਹਦੀ ਕਰਦੇ ਲੈ ਜਾਂਦੇ। ਜਿਹੜਾ ਡਰੋਪ ਆਊਟ ਰੇਸ਼ੋ ਹੈ ਬੱਚਿਆਂ ਦਾ ਸ਼ੁਰੂ ਦੇ ਵਿੱਚ ਹੀ ਤਾਲੀਮ ਛੱਡ ਜਾਣਾ, ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਹੈ। ਉਹਨਾਂ ਦੀ ਬੁਨਿਆਦੀ ਵਜ੍ਹਾ ਜਿਹੜੀ ਹੈ ਪੰਜਾਬੀ ਦਾ ਨਾ ਹੋਣਾ। ਲੈਲਾ ਬੱਟੂ ਸਾਹਿਬ ਦੀ ਇਹ ਜਿਹੜੀ ਗੱਲ ਹੈ ਕਿ ਕਿਹੜਾ ਕਿਹੋ ਜਿਹਾ ਪੜ੍ਹਾ ਲਿਖਿਆ ਪੰਜਾਬ ਤੁਸੀਂ ਬਣਾ ਰਹੇ ਹੋ, ਮੈਨੂੰ ਪਤਾ ਲੱਗਾ ਪਿੱਛੇ ਕਿ ਯੂਨੈਸਕੋ ਨੇ ਪਾਕਿਸਤਾਨ ਦੀ ਏਡ ਘੱਟ ਕਰ ਦਿੱਤੀ ਹੈ, ਕਿਉਂਕਿ ਉਹਨਾਂ ਦੀ ਸ਼ਰਤ ਹੈ ਕਿ ਅਗਰ ਤੁਸੀਂ ਇਹ ਪੈਸਾ ਮਦਰ ਟੰਗ 'ਤੇ ਨਹੀਂ ਲਾਉਣਾ, ਜਾਂ ਲੋਕਲ ਕਲਚਰ 'ਤੇ ਨਹੀਂ ਲਾਉਣਾ, ਜਾਂ ਇੰਡੀਜੀਨਸ ਕਲਚਰ ਜਿਹੜੇ ਉਹਨਾਂ 'ਤੇ ਨਹੀਂ ਲਾਉਣਾ, ਫਿਰ ਅਸੀਂ ਤੁਹਾਨੂੰ ਪੈਸੇ ਨਹੀਂ ਦੇਣਾ। ਲੈਲਾ ਇੰਟਰਨੈਸ਼ਨਲੀ ਤਾਂ ਹੁਣ ਤੁਸੀਂ ਬਚ ਹੀ ਨਹੀਂ ਸਕਦੇ। ਐਕਚੁਅਲੀ ਪੂਰੀ ਦੁਨੀਆ ਦੇ ਵਿੱਚ ਜਿਹੜਾ ਇਸ ਵੇਲੇ ਇੱਕ ਉਭਾਰ ਆਇਆ, ਇੱਕ ਲਹਿਰ ਚੱਲ ਰਹੀ ਹੈ ਮੁਕਾਮੀ ਕਲਚਰ ਦੀ, ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਜਿਹੜੇ ਰੈੱਡ ਇੰਡੀਅਨ ਸੀ ਜਿਨ੍ਹਾਂ ਨੂੰ ਉਹਨਾਂ ਨੇ ਆਪੇ ਹੀ ਮਾਰਿਆ, ਹੁਣ ਆਪੇ ਹੀ ਲੱਭ ਲੱਭ ਕੇ ਉਹਨਾਂ ਦੀਆਂ ਬੋਲੀਆਂ ਦੇ ਵਿੱਚ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਉਹਨਾਂ ਦੇ ਗਾਣੇ ਮਹਿਸੂਸ ਕੀਤੇ ਜਾ ਰਹੇ, ਮਾਰਿਆ, ਅਸੀਂ ਆਪਣੀਆਂ ਚੀਜ਼ਾਂ ਨਾਫਜ਼ ਕੀਤੀਆਂ। ਹੁਣ ਅਹਿਸਾਸ ਹੋ ਰਿਹਾ ਹੁਣ ਗੋਰੇ ਹੀ ਖੁਦ ਗੋਰੇ ਆ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਵੱਡੀਆਂ ਨੇ ਮੁਕਾਮੀ ਬੋਲੀਆਂ ਖਤਮ ਕੀਤੀਆਂ। ਅਤੇ ਪਾਕਿਸਤਾਨ ਕੋਈ ਜਜ਼ੀਰੇ ਦੇ ਵਿੱਚ ਤਾਂ ਨਹੀਂ ਹੈਗਾ, ਅੱਗੇ ਅਸੀਂ ਦੁਨੀਆ ਤੋਂ ਜਿਹੜਾ ਪਤਾ ਨਹੀਂ ਕਿੰਨੇ ਪਿਛੜੇ ਹੋਏ ਆ ਬੋਲੀ ਛੱਡ ਕੇ। ਅੱਜ ਜਾਂ ਕੱਲ੍ਹ ਇੱਕ ਦਿਨ ਜਿਹੜੀ ਸੱਚ ਹੈਗਾ ਕਿ ਸਾਡੀ ਬੋਲੀ ਹੋਣੀ ਚਾਹੀਦੀ ਹੈ ਉਹ ਸਾਨੂੰ ਬਣਨਾ ਪਏਗਾ। ਬਹੁਤ ਸ਼ੁਕਰੀਆ।
ਬਹੁਤ ਸ਼ੁਕਰੀਆ ਜੁਨੈਦ ਸਾਹਿਬ, ਇੰਟਰਨੈਸ਼ਨਲੀ ਪਰਸਪੈਕਟਿਵ ਦੇ ਵਿੱਚ ਤੁਸੀਂ ਬੜੇ ਸੋਹਣੇ ਢੰਗ ਦੇ ਨਾਲ ਪੰਜਾਬੀ ਦਾ ਮੁਕਦਮਾ ਜਿਹੜਾ ਹੈ ਉਹ ਲੜਿਆ, ਔਰ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਸਾਨੂੰ ਸੁਣਨ ਨੂੰ ਮਿਲੀਆਂ। ਗੱਲ ਜਿਹੜੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਕਿ ਜਿਹੜਾ ਆਮ ਇੱਥੇ ਤਬਕਾ ਸਮਝਦਾ ਨਹੀਂ, ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਪਾਕਿਸਤਾਨ ਇੱਕ ਫੈਡਰੇਸ਼ਨ ਦਾ ਨਾਮ ਹੈ ਔਰ ਫੈਡਰੇਸ਼ਨ ਦੇ ਵਿੱਚ 5 ਕੌਮਾਂ ਸੀ। ਇੱਕ ਕੌਮ ਜਿਹੜੀ ਹੈ ਉਹ ਸਾਡੇ ਕਰਤੂਤਾਂ ਦੀ ਵਜ੍ਹਾ ਤੋਂ ਉਹ ਛੱਡ ਕੇ ਅਤੇ ਸਾਨੂੰ ਆਪਣਾ ਸਾਈਡ ਦੇ ਹੋ ਗਈ, ਔਰ ਉਹ ਕੌਮ ਬੇਸ਼ੱਕ ਬਹੁਤ ਅੱਗੇ ਤਾਂ ਨਹੀਂ ਨਿਕਲ ਸਕੀ, ਲੇਕਿਨ ਸਾਨੂੰ ਇਤਨਾ ਵੇਖਣਾ ਚਾਹੀਦਾ ਕਿ ਬੈਲੈਂਸ ਸਾਡੇ ਨਾਲ ਹੋਤੇ ਹੈ। ਔਰ ਪਾਕਿਸਤਾਨ ਦੇ ਵਿੱਚ ਜਿਹੜੇ ਮਸਲੇ, ਜਦੋਂ ਤੱਕ ਤੁਸੀਂ ਇਹਨਾਂ ਚਾਰਾਂ ਕੌਮਾਂ ਨੂੰ, ਇਹਨਾਂ ਦੀਆਂ ਜ਼ਬਾਨਾਂ ਨੂੰ, ਇਹਨਾਂ ਦੇ ਕਲਚਰ ਨੂੰ ਕਿਤੇ ਇੱਕ ਬਣਾਉਣ ਦੇ ਚੱਕਰ ਦੇ ਵਿੱਚ ਜ਼ਬਰਦਸਤੀ ਇਹ ਕੰਮ ਕਰਦੇ ਰਹੋਗੇ, ਤੁਹਾਡੇ ਅੰਦਰ ਦੀਆਂ ਜਿਹੜੀਆਂ ਨਫ਼ਰਤਾਂ ਹਨ ਉਹ ਕਦੇ ਖਤਮ ਨਹੀਂ ਹੋਣਗੀਆਂ, ਉਹ ਵਧਣਗੀਆਂ। ਫਿਰ ਤੁਸੀਂ ਕਿਤੇ ਤਲਵਾਰ ਦੇ ਜ਼ੋਰ 'ਤੇ, ਕਿਤੇ ਤਾਕਤ ਦੇ ਜ਼ੋਰ 'ਤੇ ਉਹਨਾਂ ਦੀ ਜ਼ਬਾਨਾਂ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਤਾਂ ਕਰੋਗੇ, ਲੇਕਿਨ ਉਹ ਹੋ ਨਹੀਂ ਸਕੇਗਾ। ਅਤੇ ਬੜਾ ਹੀ ਇੱਕ ਸੋਹਣਾ ਜਿਹੜਾ ਇੱਕ ਫੈਡਰੇਸ਼ਨ ਦਾ ਤਰੀਕਾਕਾਰ ਹੁੰਦਾ ਹੈ ਕਿ ਉਹਦੀ ਸਾਰੀਆਂ ਕੌਮੀਅਤਾਂ ਦੀ, ਉਹਨਾਂ ਦੀ ਜ਼ਬਾਨਾਂ ਦੀ, ਉਹਨਾਂ ਨੂੰ ਬਰਾਬਰ ਦੇ ਜਿਹੜੇ ਹੁੰਦੇ ਨੇ ਉਹ ਹੱਕੂਕ ਹਾਸਿਲ ਹੁੰਦੇ ਨੇ। ਇਸ ਤਰ੍ਹਾਂ ਸਾਡੇ ਨਾਲ ਹੁਸੈਨ ਮਜਰੂ ਸਾਹਿਬ ਬੈਠੇ, ਪੰਜਾਬੀ ਔਰ ਉਰਦੂ ਦੇ ਇੱਕ ਨਾਮ ਸ਼ਾਇਰ ਲਿਖਾਰੀ। ਅਸੀਂ ਚਾਹੁੰਦੇ ਹਾਂ ਇੱਕ ਉਹਨਾਂ ਦਾ ਗੱਲ ਕਰਨ ਦੇ ਨਾਲ ਤੋਂ, ਮੈਂ ਪਰਸਨਲੀ ਤੌਰ 'ਤੇ ਬੜਾ ਉਹਨਾਂ ਦਾ ਫੈਨ ਹਾਂ ਉਹਨਾਂ ਦੇ ਗੱਲ ਕਰਨ ਦੇ ਸਟਾਈਲ ਤੋਂ, ਔਰ ਫਿਰ ਉਹਨਾਂ ਦੇ ਜਿਹੜੇ ਨਵੇਂ ਢੰਗ ਦੇ ਨਾਲ ਇੱਕ ਨਵੀਆਂ ਚੀਜ਼ਾਂ ਨੂੰ ਸਾਹਮਣੇ ਲਿਆਉਣ ਦਾ ਇੱਕ ਉਹਨਾਂ ਦਾ ਹੈ ਆਲਿਮ ਬੰਦੇ, ਔਰ ਅਸੀਂ ਚਾਹਾਂਗੇ ਕੋਈ ਨਵੀਆਂ ਚੀਜ਼ਾਂ ਕੱਟ ਕੇ ਪੰਜਾਬੀ ਦੇ ਬਾਰੇ ਦੇਣ। ਇੱਕ ਚੀਜ਼ ਸੋਰੀ ਮਜਰੂ ਸਾਹਿਬ, ਮੈਂ ਇਹ ਕਹਾਂਗਾ ਕਿ ਮੈਂ ਵਾਰ ਵਾਰ ਕਹਿੰਦਾ, ਫਿਰ ਮੈਨੂੰ ਆਪਣੇ ਸਵਾਲ 'ਤੇ ਸ਼ਰਮਿੰਦਗੀ ਹੁੰਦੀ ਹੈ ਕਿ ਜੇ ਮੈਨੂੰ ਬੁਖਾਰ ਹੈ ਤਾਂ ਮੈਂ ਬੁਖਾਰ ਦੀ ਦਵਾਈ ਲਵਾਂਗਾ, ਵਾਰ ਵਾਰ ਮੈਂ ਬੁਖਾਰ ਹੀ ਕਹਾਂਗਾ। ਜੇ ਮੇਰੀ ਕੋਈ ਲੱਤ ਨੂੰ ਕੋਈ ਕੋਹਦੇ 'ਤੇ ਕੋਈ ਜ਼ਖਮ ਆ ਗਈ ਹੈ ਤਾਂ ਮੈਂ ਉਹਦੀ ਪੱਟੀ ਕਰਨਾ, ਮੈਂ ਹਰ ਡਾਕਟਰ ਨੂੰ ਇਹੀ ਕਹਾਂਗਾ ਕਿ ਇਹਨੂੰ ਸਾਫ਼ ਕਰ ਅਤੇ ਪੱਟੀ ਬੰਨੋ। ਸੋ ਪੰਜਾਬੀ ਦਾ ਮਸਲਾ ਜਿਹੜਾ ਹੈ ਉਹ ਤਾਂ ਇੱਕ ਹੀ ਹੈ, ਉਹਨੂੰ ਹੁਣ ਹਰ ਕੋਈ ਇੱਕੇ ਮਸਲੇ ਨੂੰ ਮੁਖਤਲਿਫ ਢੰਗ ਦੇ ਨਾਲ ਦੇਖੇਗਾ। ਅਤੇ ਜਿਹੜਾ ਮੇਰਾ ਕੁਐਸਚਨ ਹੈ, ਮੈਂ ਇਹਨੂੰ ਖੁਦ ਹੀ ਨਿਗੇਟ ਕਰਨਾ। ਅਗਲੀ ਗੱਲ ਸਾਹਿਬ ਮਜਰੂ ਸਾਹਿਬ ਜੀ, ਸੱਜਣੋ ਅਤੇ ਵੀਡੀਓ ਮਰਨ ਅਤੇ ਇਲਾਜ ਲਈ ਜ਼ਰੂਰੀ ਹੁੰਦਾ, ਉਹਦੀ ਤਸ਼ਖੀਸ਼ ਜਿਹੜੀ ਹੈ ਪਹਿਲੇ ਹੋਣੀ ਚਾਹੀਦੀ ਹੈ। ਮੇਰੇ ਖਿਆਲ ਦੇ ਵਿੱਚ ਸਾਨੂੰ ਜਿਹੜਾ ਤਸ਼ਖੀਸ਼ ਦੇ ਰਾਹੀਂ ਜਿਹੜਾ ਇਲਾਜ ਲੱਭਣਾ ਚਾਹੀਦਾ। ਦੇਖੋ ਪੰਜਾਬੀ ਨੂੰ ਪੰਜਾਬ ਦੇ ਵਿੱਚ ਉਹਦਾ ਹੱਕ ਜਿਹੜਾ ਮਤਲਬ ਨਾ ਮਿਲਣ 'ਤੇ ਮੈਂ ਸਮਝਦਾ ਕਿ ਉਹ ਜ਼ਿੰਮੇਦਾਰ ਸੀ। ਕੁਝ ਲੋਕਾਂ ਦੇ ਨਾਲ ਮਿਲਦਾ ਨਹੀਂ, ਸ਼ਹਿਰਾਂ ਦੇ ਨਾਲ ਉਹਨਾਂ ਦੇ ਸੂਬਾਂ ਦੇ ਨਾਲ ਮੁਲਾਕਾਤਾਂ ਦਾ ਮੌਕਾ ਮਿਲਿਆ, ਉਸ ਦੀ ਲੁਕਾਈ ਦੇ ਨਾਲ ਜਿਹੜਾ ਇੰਟਰੈਕਸ਼ਨ ਦਾ ਮੌਕਾ ਮਿਲਿਆ। ਅਤੇ ਦੇਖੋ ਪੰਜਾਬ ਕੁਝ ਜਿਹੜਾ ਹੈ ਪਾਕਿਸਤਾਨ ਦੀ ਆਬਾਦੀ ਦਾ ਕੋਈ 60% ਤਕਰੀਬ ਹੈ ਜੀ, ਬਾਕੀ ਸਾਰੇ ਸੂਬੇ ਰਲ ਕੇ ਵੀ ਪਾਕਿਸਤਾਨ ਦੀ ਫੈਡਰੇਸ਼ਨ ਦੇ ਉੱਤੇ ਅਸਰ ਅੰਦਾਜ਼ ਨਹੀਂ ਹੋ ਸਕਦੇ, ਜਿਹੜਾ ਪਹਿਲਾਂ ਪੰਜਾਬ ਜਿਹੜਾ ਅਸਰ ਅੰਦਾਜ਼ ਹੁੰਦਾ। ਅਤੇ ਪੰਜਾਬ ਜਿਹੜਾ ਪੰਜਾਬ ਗੁੰਡਾ ਪੰਜਾਬ, ਜਿਹੜਾ ਪੰਜਾਬ ਗੋਲਾ ਪੰਜਾਬ, ਜਵਾਨਾ ਪੰਜਾਬ ਨੂੰ ਗੱਲ ਇਹ ਹੈ, ਇਹਦੇ ਸੋਚਣ ਵਾਲੀ ਇਹ ਗੱਲ ਹੈ ਕਿ ਪਾਕਿਸਤਾਨ ਦੇ ਵਿੱਚ ਤੇ ਪੰਜਾਬ ਹੀ ਸਭ ਤੋਂ ਵੱਡਾ ਸੂਬਾ ਹੈ। ਪੰਜਾਬ ਦਾ ਹੀ ਜਦੋਂ ਕ੍ਰਿਸ਼ੀ ਲੈ ਕੇ ਫੌਜ ਦੇ ਵਿੱਚ ਹਰ ਚੀਜ਼ ਦੇ ਵਿੱਚ ਫੈਸਲਾ ਸਾਜੀ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਜ਼ਿਆਦਾ ਹੈ, ਤੇ ਫਿਰ ਪੰਜਾਬ ਜਿਹੜਾ ਹੈ ਇਹ ਆਪਣਾ ਹੱਕ ਕਿਹਦੇ ਕੋਲ ਜਾ ਮੰਗਦਾ ਹੈ?
ਲੇਕਿਨ ਇਸ ਮਾਮਲੇ ਦਾ ਦੂਜਾ ਮੈਂ ਦੱਸੋ ਕਿ ਕਿਸੇ ਸਿੱਧੀ ਨੂੰ ਕਦੀ ਸ਼ਰਮਿੰਦਗੀ ਨਹੀਂ ਹੁੰਦੀ। ਘਰ ਦੇ ਵਿੱਚ ਉਹਨੇ ਆਪਣੇ ਬਾਲਾਂ ਦੇ ਨਾਲ, ਦੁਕਾਨਾਂ ਦੇ ਉੱਤੇ ਬਾਲਾਂ ਦੇ ਨਾਲ, ਕਦੀ ਕੁੱਤਿਆਂ ਦੇ ਵਿੱਚ ਬਾਲਾਂ ਦੇ ਨਾਲ, ਔਰ ਆਪਸ ਦੇ ਵਿੱਚ ਉਹਨਾਂ ਨੇ ਸਿੱਧੀ ਬੋਲਣੀ ਹੈ ਦਫ਼ਤਰਾਂ ਦੇ ਵਿੱਚ। ਕਿਤੇ ਕਿਤੇ ਦੋ ਸਿੱਧੀ ਹੋਣਗੇ, ਤਿੰਨ ਸਿੱਧੀ ਹੋਣਗੇ, ਉਹ ਕਦੇ ਸ਼ਰਮ ਮਹਿਸੂਸ ਨਹੀਂ ਕਰੇਗੀ ਆਪਸ ਦੇ ਸਿੱਧੀ ਕਰਦੇ। ਪਠਾਨ ਜਿਸ ਵੇਲੇ ਜੇ ਅਗਰ ਕਿਸੇ ਬੈਠੇ ਹੋਣਗੇ ਪਬਲਿਕਲੀ ਜਾਂ ਪ੍ਰਾਈਵੇਟਲੀ, ਉਹ ਆਪਣੇ ਵਿੱਚ ਕੋਈ ਗੱਲ ਨਹੀਂ ਹੁੰਦੀ। ਲੋਕੀ ਜਿਹੜੇ ਨੇ, ਬਰਾਹਮੀ ਜਿਹੜੇ ਨੇ, ਉਹਨਾਂ ਨੂੰ ਆਪਣੀ ਜ਼ਬਾਨ 'ਚ ਗੱਲ ਕਰਦੇ ਹੋਏ ਕੋਈ ਸ਼ਰਮ ਨਹੀਂ ਆਉਂਦੀ। ਇਹ ਸਾਨੂੰ ਕੀ ਮਾਰ ਬਗੀ ਹੋਈ ਹੈ ਕਿ ਅਸੀਂ ਜਿਹੜਾ ਸਾਡੇ ਵਿੱਚੋਂ ਕੋਈ ਮਿਡਲ ਪਾਸ ਹੋ ਜਾਂਦਾ ਹੈ, ਉਹ ਕਿਆ ਮਤਲਬ ਪੰਜਾਬੀ ਬੋਲੀ ਸਿੱਖ ਜਾਂਦਾ ਹੈ। ਸਾਡੇ ਅਸੀਂ ਘਰਾਂ ਦੇ ਵਿੱਚ ਪੰਜਾਬੀ ਗੱਲ ਕਰਦੇ, ਅਤੇ ਜਿੱਥੇ ਨਿੰਦਿਆ ਅਸੀਂ ਕਰੀਏ ਆਪਣੇ ਹੁਕਮਰਾਨ ਤਬਕਿਆਂ ਦੀ, ਉੱਥੇ ਸਾਨੂੰ ਨਾ ਆਪਣੇ ਵੀ ਕਿਸੇ ਬੰਦ ਨੂੰ ਪੈਸੇ ਜਾ ਲੈਣੀ ਚਾਹੀਦੀ ਹੈ। ਮੈਂ ਸਮਝਦਾ ਕਿ ਪੰਜਾਬੀ ਨੂੰ ਇੱਥੇ ਪੰਜਾਬ ਦੇ ਵਿੱਚ ਉਹਦਾ ਹੱਕ ਨਾ ਦੇਣ ਦੇ ਵਿੱਚ, ਜਿੱਥੇ ਜਿਹੜਾ ਸਾਡੇ ਸਾਡੇ ਪੋਲੀਸੀ ਸਾਹਿਬ ਜਿਹੜੇ ਜ਼ਿੰਮੇਵਾਰ ਨੇ, ਉਸ ਤੋਂ ਕਿਤੇ ਜ਼ਿਆਦਾ ਜ਼ਿੰਮੇਵਾਰ ਨੇ ਪੰਜਾਬੀ ਖੁਦ। ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਅਸੀਂ ਇਸ ਚੀਜ਼ ਦਾ ਅਹਿਸਾਸ ਨਹੀਂ ਕਰਾਂਗੇ, ਉਨੀ ਦੇਰ ਤੱਕ ਪੰਜਾਬੀ ਜਿਹੜੀ ਉਹ ਉੱਥੋਂ ਨਾ ਫਸੀ ਹੋਈ। ਅੰਗਰੇਜ਼ਾਂ ਨੇ ਆਪਣੇ ਸਾਮਰਾਜੀ ਮੁਕਾਬਲੇ ਦੇ ਰਹਿ ਕੇ ਤੋਂ ਫਸੀ ਲੈਣੀ ਸੀ, ਰਾਸ਼ਨ ਲੈਣਾ ਸੀ, ਪੰਜਾਬ ਨੂੰ ਗੁੰਗੀਆਂ ਕਰਨਾ ਹੀ ਮਕਸਦ ਸੀ ਉਹਨਾਂ ਦਾ। ਪਹਿਲਾਂ ਅੰਗਰੇਜ਼ ਜਿਹੜੇ ਨੇ ਉਹ ਲੜੇ ਸੀ ਜਿਹੜੇ ਕਾਫੀ ਛੋਟੇ ਹੁਕਮਰਾਨ ਰਹੇ ਉੱਥੇ, ਤੇ ਉਹਨਾਂ ਨੇ ਜਿਹੜਾ ਉਹਨਾਂ ਦੀਆਂ ਜ਼ਬਾਨਾਂ ਨੂੰ ਇਨਕਰੇਜ ਕੀਤਾ ਸਿੱਧੀ ਦੇ ਵਿੱਚ। ਸਿੱਧੀ ਵੋਟ ਜਿਹੜਾ ਪਾਕਿਸਤਾਨ ਵੱਲੋਂ ਕਿਸੇ ਪਹਿਲੇ ਸਿੱਧੀ ਅੱਧੀ ਵੋਟ ਕਾਇਮ ਹੋ ਗਿਆ। ਪੰਚੋ ਅਕੈਡਮੀ ਜਿਹੜੀ ਹੈ ਉਹ ਪਾਕਿਸਤਾਨ ਵੱਲੋਂ ਕਿਸੇ ਪਹਿਲੇ ਟਾਈਮ ਔਰ ਪੰਜਾਬ ਨੂੰ ਬੇਜ਼ਬਾਨ ਰੱਖਣ ਦੇ ਲਈ ਜਿਹਦੇ ਸਾਮਰਾਜੀ ਮੁਕਾਸਦ ਸਨ, ਉਹ ਮੈਂ ਸਮਝਦਾ ਕਿ ਪੰਜਾਬ ਦੇ ਆਪਣੇ ਲੋਕਾਂ ਨੂੰ ਅਹਿਸਾਸ ਕਰਨਾ ਚਾਹੀਦਾ ਕਿ ਉਹਨਾਂ ਦੀ ਗਮਤੀ ਨਾ ਬੋਲੇ। ਤੁਸੀਂ ਬਾਹਰੋਂ ਮੰਗ ਬਾਅਦ ਵਿੱਚ ਕਰਦੇ, ਪਹਿਲਾਂ ਆਪਣੇ ਅੰਦਰ ਦੀ ਗੱਲਬਾਤ ਸ਼ੁਰੂ ਕਰੋ। ਆਖਰ ਸਾਨੂੰ ਕੀ ਮਸਲਾ ਹੈ? ਸਾਡੀਆਂ ਬੀਬੀਆਂ ਭੈਣਾਂ ਵੀ ਇੱਥੇ ਬੈਠੀਆਂ ਨੇ, ਅਸੀਂ ਵੀ ਬੈਠੇ ਹਾਂ। ਅਸੀਂ ਆਪਣੇ ਘਰਾਂ ਦੇ ਵਿੱਚ ਪੰਜਾਬੀ ਕਿਉਂ ਨਹੀਂ ਬੋਲਦੇ? ਅਸੀਂ ਆਪਣੀਆਂ ਬਾਜ਼ਾਰਾਂ ਦੇ ਵਿੱਚ ਪੰਜਾਬੀ ਕਿਉਂ ਨਹੀਂ ਬੋਲਦੇ? ਅਸੀਂ ਆਪਣੀ ਖੁਸ਼ਬੂ ਦੇ ਵਿੱਚ, ਆਪਣੇ ਲੈਣ ਦੇਣ ਦੇ ਵਿੱਚ ਪੰਜਾਬੀ, ਇਹਦੇ ਵਿੱਚ ਮੈਨੂੰ ਦੱਸੋ ਇਹਦੇ 'ਚ ਕਿਹੜਾ ਪੋਲਿਸੀ ਦੇ ਵਾਪਸ ਨਹੀਂ? ਇਹ ਸਾਡੀ ਆਪਣੇ ਕੋਈ ਜਿਹੜੀਆਂ ਜਿੰਨੀ ਰੁਕਾਵਟਾਂ ਨੇ, ਅਸੀਂ ਸਾਡੇ ਅੰਦਰ ਇਹ ਅਹਿਸਾਸ ਜਾਗਰੂਕ ਨਹੀਂ ਹੋ ਗਿਆ ਕਿ ਉਹ ਜਾਂ ਕਰ ਦਿੱਤਾ ਗਿਆ ਔਰ ਅਸੀਂ ਵੀ ਕਬੂਲ ਕਰ ਲਿਆ ਗਿਆ। ਸਾਮਰਾਜੀਆਂ ਨੇ ਜੋ ਪੰਜਾਬੀ ਨੂੰ ਸਾਰ ਦੇ ਉਪਰਾਲ ਬਣਾ ਦਿੱਤਾ ਸੀ, ਪੰਜਾਬੀ ਕਲਚਰ ਨੂੰ ਜਾਮੀ ਕਲਚਰ ਕਹਿ ਕੇ ਉਹਨਾਂ ਨੇ ਰੱਖ ਦਿੱਤਾ। ਪਰ ਗੱਲ ਇਹ ਕਿ ਹੁਣ 70 ਸਾਲ ਬਾਅਦ ਸਾਡੇ ਲਈ ਕਿਹੜੀ ਔਕੜ ਹੈ ਕਿ ਅਸੀਂ ਪੰਜਾਬੀ ਨੂੰ ਆਪਣੇ ਲੋਕ ਦੀ ਤਿਆਰ ਨਹੀਂ ਕਰ ਸਕਦੇ? ਫਿਰ ਪੰਜਾਬੀ ਨਾਲ ਇੱਕ ਹੋਰ ਧਰੋਹ ਹੋ ਗਿਆ। ਜਿੱਥੇ ਪੰਜਾਬੀਆਂ ਨੇ ਮੰਗ ਕੀਤੀ ਸਾਡੇ ਬੱਚੇ ਨੇ ਜਿਹੜੇ ਸਭ ਰੌਸ਼ੇ ਹੋਈ ਉੱਥੇ ਸਬਕਤੰਗੀ ਮਿਰਜ਼ਾ ਹੋਈ ਸਾਡੇ ਹੋਰ ਵੱਡੇ ਜਿਹਨਾਂ ਨੇ ਪੰਜਾਬੀ ਦੀ ਅਗਵਾਈ ਕੀਤੀ ਤਹਿਰੀਕ ਦੀ, ਉਹਦੇ ਮੁਕਾਬਲੇ ਉੱਤੇ ਪੰਜਾਬੀ ਜਿਹੜੀ ਹੈ ਉਹ ਉਲਟਾ ਗਲਾਸ ਕਰਕੇ ਰੱਖ ਦਿੱਤੀ ਗਈ ਅਤੇ ਯੂਨੀਵਰਸਿਟੀਆਂ ਦੇ ਪੰਜਾਬੀ ਕਰ ਦਿੱਤੀ ਗਈ, PhD ਕਰ ਦਿੱਤੀ ਗਈ, ਲੇਕਿਨ ਪ੍ਰਾਇਮਰੀ ਸੈਕੰਡਰੀ ਲੈਵਲ ਦੇ ਉੱਤੇ ਪੰਜਾਬੀ ਨਹੀਂ। ਉਹਦਾ ਨਤੀਜਾ ਕੀ ਹੋਇਆ ਕਿ ਇਹ ਪੰਜਾਬੀ ਜਿਹੜੀ ਹੈ ਇਹ ਇੱਕ ਐਸੇ ਪੌਦੇ ਮੰਗੋਏ ਜਿਹਦੀਆਂ ਜੜ੍ਹਾਂ ਜ਼ਮੀਨ ਦੇ ਵਿੱਚ ਨਹੀਂ ਔਰ ਜਿਹਦਾ ਜਿਹੜਾ ਸਮਾਜ ਨਹੀਂ ਹੈ ਜੀ ਉਲਟਾ। ਦੁਨੀਆਂ ਜਹਾਨ ਦੇ ਵਿੱਚ, ਦੁਨੀਆਂ ਜਹਾਨ ਦੇ ਵਿੱਚ ਜਿਹੜੀ ਜ਼ੁਬਾਨ ਹੈ ਉਹਦੀ ਨਕਸ਼ੀ ਜਿਹੜੀ ਹੈ ਉਹ ਸਕੂਲ ਹੁੰਦੇ ਨੇ। ਇੱਥੇ ਇਹ ਹੈ ਕਿ ਪੰਜਾਬੀ ਦੀ, ਪੰਜਾਬੀ ਵਾਲਿਆਂ ਦੀ ਮੰਗ ਜਿਹੜੀ ਹੈ ਉਹਨੂੰ ਖਾਮੋਸ਼ ਕਰਨ ਦੇ ਲਈ ਇਹਨਾਂ ਨੇ ਜਿਹੜਾ ਯੂਨੀਵਰਸਿਟੀਆਂ ਸਾਜਾਂ ਦੇ ਵਿੱਚ ਕੱਢਤਾ, ਉਹਦੇ ਵਿੱਚ ਕੁਝ ਲੋਕਾਂ ਦੀ ਰੋਜ਼ੀ ਰੋਟੀ ਦਾ ਬੰਦੋਬਸਤ ਕੀਤਾ। ਲੇਕਿਨ ਗੱਲ ਇਹ ਕਿ ਗ੍ਰਾਸਰੂਟ ਲੈਵਲ ਉੱਤੇ ਪੰਜਾਬੀ ਜਿੰਨੀ ਦੇਰ ਤੱਕ ਸਕੂਲਾਂ 'ਚ ਨਹੀਂ ਪੜ੍ਹਾਈ ਜਾਏਗੀ ਉੰਨੀ ਦੇਰ ਤੱਕ ਪੰਜਾਬੀ ਦਾ ਭਲਾ ਨਹੀਂ ਹੋਣ ਲੱਗਾ। ਅੱਛਾ, ਹੁਣ ਸਕੂਲਾਂ ਦੇ ਵਿੱਚ ਪੜ੍ਹਾਉਣ ਦੇ ਲਈ ਇੱਕ ਪਾਸੇ ਜਿੱਥੇ ਸਾਨੂੰ ਦਬਾਅ ਪਾਉਣ ਦੀ ਲੋੜ ਹੈ ਜੀ, ਹਕੂਮਤੀ ਅਦਾਰਿਆਂ ਦੇ ਉੱਤੇ, ਹੁਕਮਰਾਨ ਤਬਕਿਆਂ ਉੱਤੇ, ਸਾਨੂੰ ਖੁਦ ਵੀ ਆਪਣੇ ਤੌਰ ਉੱਤੇ ਆਪਣੀ ਜਿਹੜੀ ਤਹਿਰੀਕ ਇਹ ਫੈਲਾਉਣਾ ਚਾਹੀਦਾ। ਕਿਉਂ ਨਾ ਅਸੀਂ ਕਰੀਏ ਕਿ ਇਹ ਜਿੰਨੇ ਪੰਜਾਬ ਦੇ ਵਿੱਚ ਰਹਿੰਦੀਆਂ ਹੋਈਆਂ ਪੰਜਾਬ ਦੇ ਲੋਕਾਂ ਦੇ ਕੋਲ ਜਿੰਨੇ ਸਕੂਲ ਕਾਲਜ ਜਿਹੜੇ ਨੇ, ਇਹ ਜਿਹੜਾ ਇਹਨਾਂ ਨੇ
ਇੰਡਸਟਰੀ ਬਣਾਈ ਹੋਈ ਹੈ, ਅਸੀਂ ਕਿਉਂ ਨਹੀਂ ਇਹਨਾਂ ਦੇ ਕੋਲ ਜਾ ਕੇ ਮੰਗ ਕਰਦੇ ਕਿ ਤੁਸੀਂ ਪੰਜਾਬੀ ਪੜ੍ਹਾਉਣ ਦਾ ਪ੍ਰਚਾਰ ਕਰੋ। ਇਹ ਜਿਸਲੇ ਵਿਘਨ ਹਾਊਸ ਵਾਲੇ ਨੇ ਪੰਜਾਬੀ ਦੇ ਬਾਰੇ ਵਿੱਚ ਇੱਕ ਬਦਲੀ ਵਾਲਾ ਸਰਕੂਲਰ ਕੱਢਿਆ ਸੀ ਅਤੇ ਉਸਦੇ ਉਹ ਇੰਨੇ ਕਮਜ਼ੋਰ ਪੈ ਗਏ ਸਨ ਕਿ ਉਹਨਾਂ ਕਿਹਾ ਸੀ ਵੀ ਅਸੀਂ ਪੰਜਾਬੀ ਨੂੰ ਆਪਣੇ ਨਿਸਾਬੇ ਸ਼ਾਮਿਲ ਕਰ ਦਿੰਦੇ, ਲੇਕਿਨ ਫਿਰ ਉਹਦਾ ਫਾਲੋ ਅਪ ਨਹੀਂ ਕੀਤਾ ਗਿਆ। ਸੋ ਮੈਂ ਇਸ ਮਹੀਨਾ ਕਿ ਜਿੱਥੇ ਸਾਡੀ ਇਹ ਬਿਲਕੁਲ ਜਾਇਜ਼ ਮੰਗੇ ਕਿ ਪੰਜਾਬੀ ਜਿਹੜੀ ਉਹ ਸਕੂਲਾਂ ਦੇ ਵਿੱਚ ਲਾਗੂ ਹੋਣੀ ਚਾਹੀਦੀ, ਕਾਫੀ ਜ਼ਬਾਨ ਦੇ ਤੌਰ 'ਤੇ ਉਹਨੂੰ ਪੜ੍ਹਾਈ ਜਾਣੀ ਚਾਹੀਦੀ ਹੈ। ਪੰਜਾਬੀ ਦੀ ਹੈਗੀ ਬੋਝ ਪਰ ਬੋਲਦੇ ਦੀ ਬਹੁਤ ਜ਼ਿਆਦਾ ਆਹ ਕੀਤਾ ਜਾਣਾ ਚਾਹੀਦਾ, ਉੱਥੇ ਸਾਨੂੰ ਖੁਦ ਪੰਜਾਬੀ ਆਪਣੇ ਵੀ 5-6 ਪੋਰਟਲ ਦੇ ਜਿਸਮ 'ਤੇ ਸਾਬਤ ਕਰਨੀ ਚਾਹੀਦੀ। ਜਿੰਨੀ ਦੇਰ ਤੱਕ ਉਹ ਨਹੀਂ ਕਰੇਗਾ ਉੰਨੀ ਦੇਰ ਤੱਕ ਸਾਡੇ ਮੁਤਾਬਿਕ ਦੀ ਜਾਣੀ ਪੈਂਦੀ। ਔਰ ਇੱਕ ਆਖਰੀ ਗੱਲ ਮੈਂ ਹੋਰ ਕਹਾਂਗਾ, ਫੈਡਰੇਸ਼ਨ ਕੋਈ ਪਾਕਿਸਤਾਨ ਦੁਨੀਆ 'ਚ ਅਨੋਖੀ ਫੈਡਰੇਸ਼ਨ ਨਹੀਂ, ਦੁਨੀਆ ਦੇ ਵਿੱਚ ਫੈਡਰੇਸ਼ਨ ਵੀ ਨੇ, ਦੁਨੀਆ ਕਨਫੈਡਰੇਸ਼ਨ ਵੀ ਨੇ, ਸਵਿਟਜ਼ਰਲੈਂਡ ਜਿਹੜਾ ਇਹ ਕਨਫੈਡਰੇਸ਼ਨ ਨਹੀਂ। ਲੇਕਿਨ ਸ਼ਾਇਦ ਬਹੁਤ ਸਾਰੇ ਸਾਡੇ ਦੋਸਤਾਂ ਦੀ ਇਹ ਇੱਛਾ ਹੋਵੇ ਕਿ ਸਵਿਟਜ਼ਰਲੈਂਡ ਕਨਫੈਡਰੇਸ਼ਨ ਹੁੰਦਿਆਂ ਹੋਇਆ ਔਰ ਪਾਕਿਸਤਾਨ ਦੀ ਨਿਸਬਤ ਉਹਦੀ ਜਿਹੜੀ ਆਬਾਦੀ ਹੈ ਉਹ ਚੌਥਾ ਹੀ ਸਾਡੀ ਪਾਕਿਸਤਾਨ ਦੀ ਆਬਾਦੀ ਹੈ। ਸਵਿਟਜ਼ਰਲੈਂਡ ਦੇ ਵਿੱਚ 5 ਸਰਕਾਰੀ ਜ਼ਬਾਨਾਂ ਨੇ, 5 ਸਰਕਾਰੀ ਜ਼ਬਾਨਾਂ। ਕੈਨੇਡਾ ਦੇ ਵਿੱਚ 3 ਸਰਕਾਰੀ ਜ਼ਬਾਨਾਂ ਨੇ। ਲਾਤੀਨੀ ਅਮਰੀਕਾ ਦੇ ਕਈ ਮੁਲਕਾਂ ਦੇ ਵਿੱਚ 3 ਜ਼ਬਾਨਾਂ ਨੇ, ਹੋਰ ਵੀ ਬਹੁਤ ਸਾਰੇ ਮੁਲਕਾਂ ਦੇ ਜ਼ਬਾਨਾਂ ਨੇ। ਸਾਡੇ ਇੱਥੇ ਕੀ ਮਾਰ ਹੈ ਕਿ ਅਸੀਂ ਜਿਹੜਾ ਮਤਲਬ ਹੈ ਉਰਦੂ ਨੂੰ ਲਾਜ਼ਮੀ ਤੌਰ 'ਤੇ ਕੌਮੀ ਜ਼ਬਾਨ ਬਣਾਉਂਦੇ ਹਾਂ, ਬਾਕੀ ਜ਼ਬਾਨਾਂ ਦੇ ਨਾਲ ਡਰਾਪ ਕਰ ਰਹੇ ਹਾਂ। ਮੈਂ ਨਹੀਂ ਕਿ ਮੈਂ ਖੁਦ ਉਰਦੂ ਵੀ ਲਿਖਣ ਵਾਲਾ, ਪੰਜਾਬੀ ਵੀ ਲਿਖਣ ਵਾਲਾ। ਕਿਸੇ ਇੱਕ ਜ਼ਬਾਨ ਨੂੰ ਕਿਸੇ ਦੂਸਰੀ ਜ਼ਬਾਨ ਦੇ ਸਾਜ਼ੀ ਇਜਾਜ਼ਤ ਨਹੀਂ ਚਾਹੀਦੀ। ਪੰਜਾਬੀ ਨੂੰ ਪੰਜਾਬ ਦੇ ਵਿੱਚ ਉਹਦਾ ਹੱਕ ਮਿਲਣਾ ਚਾਹੀਦਾ ਔਰ ਉਹ ਹੱਕ ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਮਿਲੇਗਾ। ਇਹ ਜਿਹੜੀਆਂ ਕੌਮੇ ਪੈਸੇ ਕਿਸਮ ਦੀਆਂ ਭੁੱਖਰਤਾ ਰਹੇ ਔਰ ਇਹ ਹੁੰਗੇ ਲਾਤੇ ਬੰਦੇ ਜਿਹੜੇ ਚਾਹੀਦੇ ਇਹ ਹੁਕਮਰਾਨ ਤਬਕਿਆਂ ਦੇ ਮਤਲਬ ਤੱਕ ਉਹਦੇ ਬਿਲਕੁਲ ਨਹੀਂ ਰਹੇ। ਇਹਦੇ ਲਈ ਤੁਹਾਨੂੰ ਬਰਾਹ ਰਾਸਤ ਕੈਸਮ ਦੀ ਲੋੜ ਹੈ ਔਰ ਤੁਹਾਨੂੰ ਇਹਦੇ ਲਈ ਆਪਣੇ ਗ੍ਰਾਸਰੂਟ ਲੈਵਲ ਤੋਂ ਇੱਕ ਸਦਾ ਲੋਕਾਂ ਤੋਂ ਤੁਹਾਨੂੰ ਅੱਜ ਦੇ ਵਿੱਚ ਪੰਜਾਬੀ ਨਾਵਲ ਕਰਨ ਲਈ ਆਪ ਆਰ ਕਰਨਾ ਪਏਗਾ। ਸ਼ੋਰੀ ਕੋਸ਼ਿਸ਼ ਕਰਨੀ ਪਏਗੀ, ਕਿਉਂ ਨਾ ਅਸੀਂ ਪਹੁੰਚ ਚਲਾਈਏ ਮਹੱਲਿਆਂ ਗਲੀਆਂ ਦੇ ਵਿੱਚ ਜਿਹੜੀ ਪੰਜਾਬੀ ਤੁਸੀਂ ਬੋਲੋ ਔਰ ਉਹ ਨਾ ਬੋਲੋ, ਜਿਹਨੇ ਜਿੰਨੀ ਆਵਾਜ਼ ਦੇ ਵਿੱਚ ਪੰਜਾਬੀ ਬੋਲਦੇ ਨੇ, ਪਰਿਵਾਰ ਆਪਣੇ ਘੱਟ ਤੋਂ ਬੋਲਦੇ ਨੇ, ਇਹ ਇੱਕ ਤਾਂ ਤੁਹਾਨੂੰ ਕਲਚਰਲ ਤਹਿਜ਼ੀਬ ਪੈਦਾ ਕਰਨ ਦੀ ਜ਼ਰੂਰਤ ਹੈ ਔਰ ਦੂਸਰੀ ਇਹ ਹੈ ਕਿ ਹੁਕਮਰਾਨ ਤਬਕਿਆਂ ਦੇ ਜਿੰਨੀ ਦੇਰ ਤੱਕ ਉਹਨਾਂ ਦੇ ਰਾਹ ਰਾਹ ਤੁਸੀਂ ਜਾ ਕੇ ਉਹਨਾਂ ਨੂੰ ਜਿਹੜਾ ਮਤਲਬ ਵਕਤਾ ਨਹੀਂ ਪਾਓਗੇ ਉਨੀ ਦੇਰ ਤੱਕ ਮੈਂ ਨਹੀਂ ਸਮਝਦਾ ਕਿ ਉਹਨਾਂ ਨੂੰ ਸਿਹਤ ਪੈਦਾ। ਪਹਿਲਾ ਮਸਲਾ ਇਹ ਹੈ ਕਿ ਇੱਥੇ ਕੋਈ ਭਟਕਾ ਨਹੀਂ ਗਿਆ, ਪੋਲਿਸੀ ਪ੍ਰੈਸ ਦਾ ਕੋਈ ਨਹੀਂ ਬਣੀ, ਕਿਉਂ ਨਹੀਂ ਅਸੀਂ ਸਿਵਲ ਸੈਕਟਰੀ ਏਰੀਆ ਦੇ ਜਿਹੜੀ ਬਿਊਰੋਕਰੇਸੀ ਪਾਈ ਰਾਹ ਦੇ ਵਿੱਚ ਰੁਕਾਵਟ ਹੈ, ਸਾਰ ਸੰਬੰਧੀ ਰਾਜ ਰੁਕਾਵਟ, ਜਿਹਨਾਂ ਲੋਕਾਂ ਨੇ ਪੋਲਿਸੀ ਬਣਾਉਣੀ ਹੈ ਅਸਲ 'ਚ ਉਹ ਰਾਜ ਤੱਕ ਪਹੁੰਚਣੀ ਚਾਹੀਦੀ। ਇੱਥੇ ਬੈਠੀਆਂ ਤੁਹਾਨੂੰ ਇਹ ਇਕੱਲੀ ਗੱਲ ਹੈ ਕਿ ਅਸੀਂ ਇੱਕ ਆਪਣੀ ਕਾਰਜ ਨੂੰ ਦਿੱਤਾ ਕੀਤਾ, ਅਸੀਂ ਇਹਦਾ ਮਤਲਬ ਇੱਕ ਮਕਸਦ ਨੂੰ ਅੱਗੇ ਬੈਠੇ ਲਈ ਮਿਲਣਾ ਚਾਹੀਦਾ ਕਿ ਇੱਥੇ ਡਾਇਰੈਕਟ ਐਕਸ਼ਨ ਦੀ ਜ਼ਰੂਰਤ ਹੈ। ਦੂਸਰਾ ਗੱਲ ਇਹ ਹੈ ਇੱਕ ਮੁਹਾਵਰੇ ਉਹਦੇ ਤੇ ਸੈਟਲ ਹੁੰਦੇ ਆ ਜਿਹੜੀ ਹਕੂਮਤ ਦਬਾਅ ਬਿਲਕੁਲ ਰਹਿਣਾ ਚਾਹੀਦਾ। ਇਹ ਹੁਕਮਰਾਨਾਂ ਦੀ ਇਲੈਕਸ਼ਨ ਆਉਂਦੀ ਨਹੀਂ, ਜਿਹੜਾ ਵੋਟ ਪਾਉਂਦੇ ਪੰਜਾਬੀ ਜਮਾਤਾਂ ਨੂੰ ਉਹਨਾਂ ਦੇ ਮਜ਼ਬੂਰ ਸਾਨੂੰ ਸ਼ਾਮਲ ਕਰਨਾ ਚਾਹੀਦਾ ਜੀ ਕਿ ਪੰਜਾਬ ਤੋਂ ਵੋਟ ਲੈਣੇ ਅਤੇ ਪੰਜਾਬੀ ਨੂੰ ਇਮਾਨ ਦੇ ਤੌਰ 'ਤੇ ਕੋਈ ਵਾਅਦਾ ਸਾਡੇ ਨਾਲ ਕਰੋ ਔਰ ਫਿਰ ਸੈਕਟਰੀ ਤੋਂ ਲੈ ਕੇ ਉਹ ਤਮਾਮ ਜਗ੍ਹਾ ਜਿੱਥੇ ਪੋਲਿਸੀਆਂ ਬਣਦੀਆਂ ਨੇ ਸਾਨੂੰ ਉੱਥੇ ਪੈਸੇ ਦੇ ਦਿੱਤਾ ਚਾਹੀਦਾ ਔਰ ਉਹ ਤੋਂ ਪਹਿਲੇ ਸਾਨੂੰ ਪੰਜਾਬੀ ਜਿਹੜਾ ਆਪਣੇ ਪੰਜ ਉੱਤੇ ਆਪਣੇ ਦਿਲ ਵਾਲੇ ਘਰ ਉੱਤੇ ਆਪਣੀਆਂ ਗਲੀਆਂ ਉੱਤੇ ਆਪਣੇ ਖੜੇ ਉੱਤੇ ਪੰਜਾਬੀ ਹਾਸਲ ਕਰਨੀ ਪੈਗੀ ਔਰ ਆਜ਼ਾਦੀ ਹਾਸਲ ਕਰਨੀ ਪੈਗੀ ਕਿ ਪੰਜਾਬੀ ਗਵਾਰਿਆਂ ਦੀ ਜ਼ਬਾਨ ਹੈ ਜਾਂ ਪੰਜਾਬੀ ਸਰੀਅਤ ਸਾਥੀ ਦੀ ਸਕੀ। ਬਹੁਤ ਸ਼ੁਕਰੀਆ ਮਜਰੂ ਸਾਹਿਬ। ਅਗਲਾ ਸੈਸ਼ਨ ਜੀ ਅਸੀਂ 10-15 ਮਿੰਟ ਤੋਂ ਸ਼ੁਰੂ ਕਰਦੇ ਹਾਂ ਔਰ ਉਹਦੇ ਵਿੱਚ ਅਸੀਂ ਜਿਹੜੇ ਸਾਡੀਆਂ ਬੀਵੀਆਂ ਉਹਨਾਂ ਤੋਂ ਗੱਲਬਾਤ ਕਰਾਵਾਂਗੇ ਕਿ ਜਿਹੜੇ ਸਾਡੇ ਮਰਦ ਹਜ਼ਰਾਤ ਹੈ ਉਹਨਾਂ ਦੇ ਮਤਲਬ ਕਿ ਜਦੋਂ ਪੰਜਾਬੀ ਇੱਧਰ ਉੱਧਰ ਬੋਲ ਰਹੇ ਤਾਂ ਸਾਰਾ ਕੰਮ ਕਰਦਾ, ਪੰਜਾਬ ਦੇ ਬੀਵੀਆਂ ਨੂੰ ਕੀ ਵਜ੍ਹਾ ਬਣਿਆ ਕਿ ਇਹਨਾਂ ਨੇ ਪੰਜਾਬੀ ਛੱਡ ਛੁੱਟੀ, ਇਹਦੇ ਵਿੱਚ ਤਹਿਰਾ ਸਰਾ ਗਜ਼ਾਲਾ ਨਿਜ਼ਾਮ ਦੀ ਹੋਰ ਬਾਕੀ ਜਿਹੜੀਆਂ ਔਰਤਾਂ ਇੱਕ
ਗੱਲਬਾਤ ਕਰਾਂਗੇ।